हाँ, और सुना बेटा। जी मैं ठीक सुना ठीक हो। हाँ, मैं ठीक हाँ। तू सुना, कि याद आ गई है मेरी। पूरे कल फूल ले तो मैं के मैं मस्त तेरा नाल गाल करा तो सारा नहीं होंदा। जी हला अच्छा देखो अम्मी और ज्ञान उस बात सुनू अम्मी और अम्मी सदन का देल करेंगा है इस तुम काल कर लेना। जी अगे सुने हो यही ना बे, मां ना सही मासी सही है। ते मासियां भी मामा ही आउंदियां। मेरा पुत्र, मैं भी तेरी मां ही हां। टेंशन ना लई कर, जदा तेरा दिल करे तो मिलन आ गया कर। पूरा मैं क्या था पूरा क्या आज जैसा है आज जैसा मिलने नहीं आना है। आवणा ही अज, या दस की खावणे, की पकावा तेरे का। नहीं रहा तो कुछ नहीं थान मिल ले तार से खा ले। या मैं सदके जावा मेरा शहजादा आला, ये मैं दस पढ़दा पे है। पक्की पक्की गल है, गल है पक्की तो छक्की गल। कुराने पाक पढ़न वही ना। या पहला भला पहला कलमा सुना आखा मैनू, कर्मा तैया ते भाई बिस्मिल्लाह कहे पढ़नी आई। ओ भूल किन गया दिना लगी हुई पढ़ बिस्मिल्लाहिर्रहमानिर्रहीम पहला कलमा तैया मैंने पास ला इलाहा इल्लल्लाह मुहम्मद रसूलुल्लाह। शाबाश। ओ शाबाश मेरा पुत्र, ओ ठीक है। अल्लाह दा शुक्र मेरा पोत्रो, मेरा तो बहुत दिल उतरिया वादा। ते आमने ले ते ओरा मोट भारिया पोत्र, ते पकावनी की शा केले लाया उस केले सेब ते केले में लाया मैं मोट तेरे का। पर से भी चंगी होंदे ताकत वास्ते पोत्र। माच दा दूध दसो, माच दा दूध पी, माच दा दूध पीवना है। माज कट्टी जाई है मेरा पोत्रो। मुबारक उने और तैनू मुबारक है मेरा सोना। अच्छा हला माफ करे गाल सुनो। हां जी मासी, ए दासो भियो, चाची और लड़दियां शड़दियां तो नहीं तेरे नाल? मैं दोनों का के सारियां दसे हैं जी। आ ते अब्बू तो ना उमरेंदा नहीं, अब्बू और तन को प्यार के करेंदे दोकनी अम्मी और गया। नाले एक गाल दास, केड़ी अगर मैं तेरे प्यो नु आखा भैया सन दे चे थे साडे को रास ही, ते मुड़ तू रास सेंगे कोई ना। मुड़ बुरा ही तोन रखला पमना देखे से आना हैं। ओनु मैं की करना है कमलिया, असी ते इस वास्ते आदे पए, मैं तू साडे को रवी रौण के लगा रास से। मुड़ अब्बू रे तो बगैर मरा सब की ने वे तो मैं दसो इस त मेरी चुप करा दी, करा दी तीस ना। नाले मेरे पूरा अम्मी दी याद आउंदी आई हैला। चलो ठीक है, मुड़ जिस लिया साडे आले काल कर दी विआह बई। असि हा अज दे बाह कल वधे हां असि, कोई गल नहीं है। असि बनाई वे प्रोग्राम मिलने चलो ਤੁਸੀਂ ਆ ਜਾਓ, ਕੋਈ ਮਸਲਾ ਨਹੀਂ, ਆਬੂ ਨਾਲ ਗੱਲ ਕਰ ਲਓ। ਅਸਲਾਮ ਅਲੈਕਮ। ਵਾਲੇਕਮ ਸਲਾਮ, ਕੀ ਹਾਲ ਹੈ ਬਜ਼ੁਰਗੋ? ਅੱਲਾ ਦਾ ਸ਼ੁਕਰ ਮੇਰਾ ਪੁੱਤਰ, ਤਬੀ ਅਸਿਆ ਠੀਕ ਹੈ। ਸ਼ੁਕਰ ਜੀ, ਮੈਂ ਤਾਂ ਦੋ ਤਰੇ ਆਖਿਆ ਬਸ ਅੰਦੇ ਪਏ ਆ, ਅਸੀਂ ਅੰਦੇ ਪਏ ਆ, ਉਂਝ ਮੈਂ ਤਾਂ ਮੁਰੱਲਾ ਮਤ ਦੇਵਣਾ ਆਪੇ ਚੱਕਰ ਕਦੀ ਨਹੀਂ ਲਾਇਆ। ਲਾਇਲਾ
ਔਰ ਜਿਸ ਵੇਲੇ ਸਾਡਾ ਟਾਈਮ ਲੱਗਿਆ ਸੀ ਆ ਜਾਂਦੇ ਹਾਂ ਜਿਸ ਤੁਹਾਡਾ ਟਾਈਮ ਔਰ ਤੁਹਾਡਾ ਟਾਈਮ ਕਿਦੋਂ ਮੇਰਾ ਪੁੱਤਰ ਲੱਗਣਾ ਹੈ ਤੁਸੀਂ ਰੁੱਝੇ ਰਹਿੰਦੇ ਹੋ ਹਰ ਵੇਲੇ ਵੈਸੇ ਇੱਕ ਗੱਲ ਤੇ ਆ ਇਮਾਨ ਜੀ ਜਦੋਂ ਬਾਜੀ ਜੀਂਦੇ ਹਨ ਬੜੇ ਤੁਹਾਡੇ ਬਾਰ ਬਾਰ ਚੱਕਰ ਲੱਗਦੇ ਹਨ ਤੇ ਆਉਂਦੇ ਆ ਬਾਜੀ ਦੇ ਮਰਨ ਦੀ ਦੇਰ ਪਈ ਹੈ ਸਹੀ ਆਦੇ ਨੂੰ ਵੀ ਜਦੋਂ ਲੱਗਦੇ ਨਹੀਂ ਨਾ ਰਾਂਦੇ ਉਹ ਮੂੰਹ ਵੀ ਨਹੀਂ ਰਾਂਦੇ ਓਏ ਆਵਣੋ ਤਾਂ ਮੈਂ ਤਾਂ ਨਿਤ ਅੰਦਰ ਹੀ ਪਰ ਮੋਤਸਾਣਾ ਮਿਲੋ ਸੰਗਲਾਂ ਕਰੇਂਦਾ ਤੇ ਫਲਾਣਾ ਤੇ ਦਿਗਾ ਕਿਉਂ ਸਾਨੂੰ ਕਿਉਂ ਮੁਲਕ ਗੱਲਾਂ ਕਰੇਂਦਾ ਅੱਲਾ ਮਾਫੀ ਦੇਵੇ ਸਾ ਇਨਸ਼ਾਅੱਲਾ ਮੇਰਾ ਬਣਿਆ ਹੈ ਤੇ ਤੁਸੀਂ ਆਪਣੇ ਸਾਡੇ ਰਿਸ਼ਤੇਦਾਰ ਹੋ ਕੋਈ ਬਾਹਰ ਦਾ ਸੰਗ ਆਈ ਠੀਕ ਹੈ ਮੋੜ ਚੱਕਰ ਲੈਨੇ ਆ ਚਲੋ ਠੀਕ ਹੈ ਚੰਗਾ ਅੱਲਾ ਹਾਫਿਜ਼ ਹੈਲੋ ਹਾਂਜੀ ਉਹ ਸੁਣਾ ਆਪਣੇ ਮੰਗੇਤਰ ਦੀ ਮੇਰਾ ਮੰਗੇਤਰ ਕਿਹੜਾ ਹਾਸਾ ਕਰਦਾ ਤੇ ਹਾਸਾ ਕਰਦਾ ਤੇ ਬਹੁ ਡਰਾਮੇ ਕਰੇ ਨਾ ਠੀਕ ਹੈ ਚੰਗਾ ਡਰਾਮੇ ਕਰੇਂਦਾ ਵਾ ਕਿ ਨਹੀਂ ਸ਼ਾਦੀ ਕਰੂ ਮੈਂ ਕੋਈ ਨਾ ਕੋਈ ਮੰਗਣੀ ਕੀਤੀ ਕੋਈ ਅੱਛਾ ਬਾ ਉਹ ਜਿਹੜਾ ਬਣੇ ਹੋਇਆ ਮੇਰਾ ਵਿਰਾ ਕਾਲੇ ਖਾਨ ਉਹ ਅੱਜ ਕੋਈ ਨਹੀਂ ਆਇਆ ਅੱਜ ਕੋਈ ਨਹੀਂ ਆਇਆ ਕਾਲ ਤਾਈ ਤੇ ਫੇਰਾ ਮਾਰਿਆ ਸੋ ਅੱਜ ਕੋਈ ਨਹੀਂ ਲੱਗਿਆ ਪਤਾ ਨਹੀਂ ਕਿਧਰ ਗਿਆ ਅੱਬਾ ਅਸ਼ੋ ਦੇ ਦਾਈ ਮਾਂ ਪਿਓ ਮਰ ਗਿਆ ਤੇ ਐਡਾ ਦੁੱਖੀ ਜਲੇ ਬਾ ਕਿ ਮੈਨੂੰ ਗੱਲਾਂ ਦਾ ਸਹਿੰਦੇ ਮੈਨੂੰ ਇੰਜ ਦਿਲ ਮੇਰਾ ਆਦਾ ਵੀ ਮੈਂ ਆਪਣੇ ਕੋਲ ਰੱਖ ਲਾਂ ਤਾਂ ਆਪਣਾ ਵਿਰਾ ਬਣਾ ਲਵਾਂ ਥਾਂ ਹੀ ਰਿਆ ਰਵੇ ਇੰਜ ਕਰ ਮੇਰਾ ਪੁੱਤ ਅੱਲਾ ਦਾ ਨਾਂ ਹੀ ਉਹਨੂੰ ਸੱਦੀ ਹੋ ਦੇ ਦੇ ਨੂੰ ਕਿਉਂ ਰਾਤੀ ਮੇਰਾ ਮਾਂ ਤਾਂ ਡਰ ਜਾਂਦਾ ਮੈਨੂੰ ਵੇਖ ਕੇ ਬਲੂ ਮੁੰਡਾ ਦੇ ਨੂੰ ਜੁਰਾਬਾਂ ਖੱਤੀ ਵਦਾ ਪੈਣਾ ਤੇ ਪਤਾ ਨਹੀਂ ਕਿਵੇਂ ਉਹ ਮੇਰਾ ਕੀ ਹੋਇਆ ਦੇ ਮੂੰਹ ਆਏ ਕੀ ਅੱਬਾ ਬਾਰਿਸ਼ 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 ਆ ਮੇਰਾ ਫੋਨ ਸਿੱਧਾ ਪਿਆ ਬੱਦ ਲੁਕਾ ਲਾ ਆ ਬਾਰਿਸ਼ ਹੀ ਬਾਰਿਸ਼ ਲੁਕਾ ਉਹ ਤੇਰੀ ਖੈਰ ਹੋਵੇ ਸਲਾਮ ਕੇ ਹਾਲ ਹੈ ਠੀਕ ਹੈ ਠੀਕ ਹੋ ਬਾ ਵਈ ਦੇ ਹਾਂ ਮੇਰਾ ਪੁੱਤ ਤਾਂ ਹੀ ਮੈਂ ਆਨੀ ਬਾਰਿਸ਼ ਕਿਉਂ ਆਈ ਹੈ ਅੱਜ ਕੱਲ ਖਾਨ ਜੂ ਆਇਆ ਹੈ ਹਾਂ ਕੀ ਗੱਲ ਹੈ ਦੂਏ ਥਰੀਏ ਦੇ ਦਾ ਉਹਦਾ ਕੋਈ ਨੂੰ ਸਾਡੇ ਹਨ ਕੋਈ ਨਾ ਮੁਕੱਲਾ ਚੱਕਾ ਹੀ ਕੋਈ ਲੱਗਾ ਹਾਂ ਤੇ ਕੱਲਾ ਮ ਦੋ ਤਿੰਨ ਦੀ ਭੁੱਖਾ ਹਾਂ ਦੋ ਤਰੇ ਹੁੰਦੇ ਹਾਂ ਦਾ ਭੁੱਖਾ ਦੋ ਤਰਾ ਦਿਨ ਦਾ ਭੁੱਖਾ ਕਿਉਂ ਜੀ ਹਾਂ ਕੀ ਹੋਏ ਹੀ ਚੁੱਪ ਕਰੇ ਨਾ ਕੀ ਹੈ ਬਸ ਅੱਲਾ ਪਾਕ ਜੋ ਜਿਸ ਵੇਲੇ ਦੇ ਕੇ ਕਿਸੇ ਕੋ ਜਾਖੇ ਮੁੜ ਕਿਉਂ ਰੋਂਦਾ ਪਿਆ ਬਸ ਹਾਂ ਦੱਸ ਤਾਂ ਸਹੀ ਉਹ ਦੁਬਾਜੀ ਸਦੇ ਨਾ ਤੂੰ ਮੇਰੀ ਗੱਲ ਹੀ ਨਾ ਸੁਣਦਾ ਦੱਸ ਕੀ ਗੱਲ ਦੱਸ ਪੁੱਤਰ ਹੋ ਬਸ ਦੱਸ ਭੁੱਖਿਆ ਰੋਟੀ ਕੋਈ ਨਹੀਂ ਖਾਦੀ ਰੋਟੀ ਮੈਂ ਹੋਟਲ ਤੇ ਗਿਆ ਉਹਨਾਂ ਕੰਮ ਕਰਾ ਕਰਾ ਕੇ ਛੱਡ ਦਿੱਤਾ ਤੋਬਾ ਯਾਰ ਤੋਬਾ ਤੂੰ ਪਤਾ ਕੀ ਕੀਤਾ ਕਰ ਅੱਜ ਤੂੰ ਪਿੱਛੇ ਤੂੰ ਮੇਰਾ ਭਰਾ ਹੈ ਤੇ ਮੈਂ ਤੇਰੀ ਭੈਣ ਠੀਕ ਹੈ ਤੂੰ ਇਤਨਾ ਤਾਂ ਕਰ ਸਕਦਾ ਬਿਆ ਭੈਣ ਦੇ ਨਾਲ ਤਾਂ ਕੰਮ ਸ਼ਮ ਕਰਾ ਲੈਣਾ ਜੀ ਹੁਣ ਅੱਬਾ ਤੈਨੂੰ ਪਤਾ ਹੈ ਵੀ ਬਜ਼ੁਰਗ ਹੋਇਆ ਹਾਂਜੀ ਇਸ ਤਾਂ ਕਦੀ ਕਿਦਾਂ ਹੀ ਕਿਸੇ ਲਈ ਕਿਦਾਂ ਹੀ ਰਲ ਕੇ ਦੋਵੇਂ ਭੈਣ ਵੀਰਾ ਮੱਝੀ ਦੀ ਕਰਸਾਂ ਅੱਜ ਤੂੰ ਪਿੱਛੇ ਕਿਲੋ ਦੁੱਧ ਦਾ ਵੀਰਾਨ ਮੈਂ ਆਪ ਪਿਵਾਇਆ ਕਰਨਾ ਬਿਆ ਪੀਤਾ ਕਰ ਠੀਕ ਹੈ ਤੇ ਰੋਟੀ ਵੀ ਤੇਰੀ ਮੈਂ ਪਕਾਈ ਕਰੇ ਸਾਂ ਅੱਬਾ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਮੈਨੂੰ ਇਤਰਾਜ਼ ਕੋਈ ਨਹੀਂ ਅੱਬਾ ਮੈਂ ਸੁਣਿਆ ਹੈ ਬਈ ਜਿਹੜਾ ਹੁੰਦਾ ਨਾ ਯਤੀਮ ਮਸਕੀਨ ਉਹਦੇ ਸਿਰ ਤੇ ਆ ਜਿਹੜਾ ਹੱਥ ਰੱਖੀ ਵੇ ਨਾ ਆ ਜਿਤਨੇ ਹੱਥ ਦੇ ਥੱਲੇ ਵਾਲ ਆਏ ਨਾ ਇਤਨੇ ਇਨਸਾਨ ਦੇ ਗੁਨਾਹ ਜਣ ਦੇ ਸਮਝ ਆਈ ਹੈ ਤੇ ਮੇਰੀ ਦੀ ਗੁਨਾਹ ਕੀਤਾ ਹੀ ਕੋਈ ਨਹੀਂ ਮੋੜ ਕੇ ਬਾਬਾ ਮੋੜ ਮੋੜੇ ਸੋਚਣਾ ਅੱਲਾ ਤੇ ਅੱਲਾ ਦਾ ਹਬੀਬ ਸਾਥ ਰਾਜ਼ੀ ਹੋ ਜਾਸੀ ਇਹਨੂੰ ਅਸੀਂ ਆਪਣੇ ਘਰ ਰੱਖ ਲਿਆ ਚਲੋ ਤੂੰ ਆ ਦੇ ਪਈ ਅੱਬਾ ਕੀ ਆਈ ਬਾਰਿਸ਼ ਆਈ ਤੇ ਰੁਕ ਬਾਬੀ ਆਏ ਤੇ ਬਕੈਣ ਦੀ ਡੋਡੀਆਂ ਚੰਦਰਾ ਚੰਦਰਾ ਓਏ ਅੱਬਾ ਬਕੈਣ ਦੀਆਂ ਡੋਡੀਆਂ ਹਵਾ ਨਾਲ ਢਾਂਦੀਆਂ ਪਈਆਂ ਨਾ ਏ ਵੇਖੋ ਆ ਅਲਾ ਗੱਲ ਸੁਣ ਵੇਖਿਆ ਓਏ ਅੱਜ ਤੂੰ ਪਿੱਛੇ ਮੇਰੇ ਕੋਲ ਆਣਾ ਕੋਈ ਤੈਨੂੰ ਨਾ ਕਹੇ ਇਸ ਘਰੇ ਤੇਰਾ ਕੀ ਸੰਗ ਆਇਆ ਕਿ ਮੇਰਾ ਪਿਓ ਹੈ ਤੇ ਮੇਰੀ ਉਹ ਭੈਣ ਹੈ ਇਹ ਮੇਰਾ ਆਪਣਾ ਘਰ ਹਾਂਜੀ ਔਰ ਛੋਰਾਂ ਦੇ ਨਾਲ ਰਲ ਕੇ ਮਤਾ ਕੋਈ ਮੇਰੇ ਬਾਰੇ ਗਲਤ ਗੱਲ ਪੈ ਕਰੇ ਅੱਬਾ ਬਹੁ ਡਾਡ ਗਈ ਨਹੀਂ ਮੈਂ ਅੱਬਾ ਜੀ ਹੋ ਜਾਣ ਹਾਂ ਚਲੋ ਅੱਬਾ ਮੋੜ ਤੁਸੀਂ ਜਿਹੜਾ ਨਾ ਚਲੋ ਠੀਕ ਹੈ ਮੈਂ ਮੋੜ ਜਾਣਾ ਘਰ ਤੇ ਮੈਂ ਹੁਣ ਡੋਰਾਂ ਪੀਵਾ ਲਵਾਂ ਚਲੋ ਠੀਕ ਹੈ ਮੈਂ ਡੋਰਾਂ ਪੀਵਾ ਲਵਾਂ ਤੁਸੀਂ ਕੁਤਰਾ ਗੱਤੋ ਖਰਾਣੀਆਂ ਦੇ ਵਿੱਚ ਅੱਬਾ ਹਾਂ ਤੇ ਕਾਲੇ ਖਾਨ ਤੇ ਮੈਂ ਰਲ ਕੇ ਦੋਵੇਂ ਪੀਵਾ ਲਈ ਸਾਂ ਹਾਂ ਹੁਣ ਬਾਰਿਸ਼ ਕਾਈ ਨੂੰ ਆਈ ਥਾਈ ਰੱਖ ਲੈ ਮੈਨੂੰ ਮੇਰੇ ਕੋਲ ਡਰ ਨਹੀਂ ਤੇ ਮੋੜ ਐਵੇਂ ਕਿ ਸ਼ੀਸ਼ਾ ਜਾ ਭੱਜ ਜਾ ਸੀ ਪੁੱਤਰਾ ਅਰੇ ਕਾਲੇ ਖਾਨ ਸੁਣਾ ਕੋਈ ਗਾਣਾ ਹੁੰਦਾ ਹੀ ਗਾਣਾ ਕੋਈ ਕੋਈ ਦੋੜਾ ਹੀ ਸੁਣਾ ਦੇ ਮੈਨੂੰ ਚੰਗਾ ਸੁਰ ਦਾ ਅੱਛਾ ਸਵਾਦੀ ਜਿਹਾ
ਬਾਜੀ ਜਦੋਂ ਦੀ ਮੋਹੀ ਹੈ ਨਾ ਦਿਲ ਬੜਾ ਮੇਰਾ ਵੀ ਪਰੇਸ਼ਾਨ ਜਿਹਾ ਰਹਿੰਦਾ ਤੇ ਦੁਖੀ ਜਿਹਾ, ਨਾਲੇ ਅੱਜ ਮੇਰਾ ਬਣਿਆ ਵੀ ਆਂਦਾ ਪਿਆ ਨੋਕੀ ਆ ਮਿਲਣ ਕਾ। ਅੱਛਾ ਹਾਂ ਕਿ ਬਾਜੀ ਧੋਖੇ ਬਾਜ਼ ਆ ਬਚਪਨ ਤੋਂ ਇੱਕ ਬਸ਼ਰ ਕੰਗਾਲ ਚ ਕੋਈ ਨਾ ਹਲਾ ਤੇ ਜਿਹੜੇ ਲੱਗਦੇ ਮੂੰਹ ਤੇ ਬਾਹਰ ਵਗੈਂਦੇ ਨੇ। ਅੱਛਾ ਉਹ ਸੱਜਣ ਖਿਆਲ ਚ ਕੋਈ ਨਾ ਹਾਂ ਤੇ ਅੱਜ ਵਾਂਗੂ ਕਾਲਿਆ ਭੁੱਲਦੇ ਨਹੀਂ ਬਖਤ ਜਦੋਂ ਲੱਗਿਆ ਤਾਂ ਮੁੜ ਇਹ ਹੁੰਦਾ ਹੁਣ ਬਖਤ ਤੂੰ ਮੈਂ ਤੈਨੂੰ ਸੁਣੀ ਆ ਬਈ ਵੱਡੀ ਸ਼ਾਹ ਬਖਤ ਜੇ ਹੋਵੇ ਤਾਂ ਬੰਦੇ ਖੁਦਾ ਸੰਗਤ ਬਣਾਈਂਦੇ ਨੇ ਇਹ ਸਾਰੀ ਗੱਲ ਨਾ ਬਖਤਾਂ ਦੀ ਹੁੰਦੀ ਹੈ ਕਾਲਿਆ ਜਦੋਂ ਇਨਸਾਨ ਤੇ ਸਵਾਲ ਹੁੰਦਾ ਨਾ ਦੇਣ ਦਾ ਸਲਾਮ ਹੀ ਕੋਈ ਨੀ ਬਈ ਵੱਡੀ ਸ਼ਾਹ ਬਖਤ ਜੇ ਹੋਵੇ ਤਾਂ ਬੰਦੇ ਖੁਦਾ ਸੰਗਤ ਬਣਾਈਂਦੇ ਨੇ ਤੇ ਜ਼ੋਰੀ ਫੜ ਕੇ ਜਿੱਥੇ ਵੀ ਟੱਕਰ ਵਣੀ ਵੇ ਬੜੇ ਸ਼ੌਕ ਦਾ ਕੋਲ ਬਹਿੰਦੇ ਨੇ ਜੀ ਆ ਤੇ ਅੱਗਾ ਨਾ ਪੁੱਛ ਕਾਲਿਆ ਕੀ ਹੁੰਦਾ ਹੈ ਜੀ ਆ ਉਹ ਜਦੋਂ ਹਰ ਡੰਗ ਬੰਦੇ ਦੇ ਵਹਿੰਦੇ ਨੇ ਦੁਰ ਵੇਖ ਕੇ ਦਿਲ ਦੇ ਜਾਨੀ ਨੂੰ ਬੂਹੇ ਤਰੀਖੇ ਤਰੀਖੇ ਬੰਦ ਕਰ ਲੈਂਦੇ ਜੀ ਹੈ ਜੀ ਇਹ ਦੁਨੀਆ ਹੈ ਇਹ ਦੁਨੀਆ ਦੀ ਰੀਤ ਹੈ ਇਹ ਰਸਮ ਹੈ ਜੀ ਆ ਇਹ ਦੁਨੀਆ ਇੰਨੇ ਹੀ ਕਰਨਾ ਹੈ ਸੱਚ ਤੇ ਵੇ ਕਿ ਸਾਨੂੰ ਅੱਗਾ ਸਾਡੇ ਅਮਾਲਾਂ ਲਾ ਕੇ ਜਾਵਣਾ ਹੈ ਜੀ ਆ ਜ਼ਿੰਦਗੀ ਦੇ ਵਿੱਚ ਜਿੰਨਾ ਹੋ ਸਕੀ ਚੰਗਾ ਕਰੀ ਤੇ ਭਲਾ ਕਰੀ ਅੱਲਾ ਤੇ ਅੱਲਾ ਦਾ ਹਬੀਬ ਵੀ ਤੇ ਇੱਥੇ ਰਾਜ਼ੀ ਹੋ ਸੀ ਤੇ ਬਾਕੀ ਜਿਹੜਾ ਨਾ ਉਮੀਦ ਇਹਨਾਂ ਲੋਕਾਂ ਤੇ ਉਹ ਕਦੀ ਵੀ ਨਾ ਲਾਵੀ ਕਿਉਂਕਿ ਲੋਕ ਹੁੰਦੇ ਹੀ ਬੇਵਫਾ ਹੈ ਠੀਕ ਹੈ ਨਾ ਤੇ ਉੱਠੀ ਹੁਣ ਪੀਵਾ ਵੀ ਢੋਰ ਅੱਬਾ ਪੁੱਤਰਾ ਪੈਂਦਾ ਪਿਆ ਤੇ ਰੋਟੀ ਖਾਧੀ ਹੁਣ ਪੱਕੀ ਗੱਲ ਨਹੀਂ ਕੋਈ ਨਹੀਂ ਖਾਧੀ ਚੱਲ ਉੱਠੀ ਪਹਿਲੇ ਮੈਂ ਤੈਨੂੰ ਰੋਟੀ ਦੇਵਾਂ ਸ਼ੱਕਰ ਪਈ ਆਈ ਤੇ ਮੱਖਣ ਪਈ ਆਈ ਉਹਦੇ ਨਾਲ ਖਾ ਲਾ ਠੀਕ ਹੈ ਤੇ ਮੁੜ ਤੈਨੂੰ ਮੈਂ ਦੁਪਹਿਰੇ ਰਾਤੀ ਜਿਹੜਾ ਨਾ ਕਸ਼ ਹੋਰ ਬਣਾ ਕੇ ਸਾਲਣ ਸੁਲਣ ਦੇ ਗਰਮੀ ਦੇ ਵਿਚ ਬੈਠੇ ਰਹਿੰਦੇ ਸਾਹਿਬ ਨੂੰ ਕੁਝ ਹੀ ਨੀ ਆਉਂਦਾ ਹੈ ਨਾ ਵਿਆਹ ਕਰਾਉਂਦਾ ਤੇ ਸਾਡੇ ਸਿਰ ਤੇ ਉੱਤੇ ਚੜਿਆ ਰਹਿੰਦਾ ਕਿ ਮੁੰਡੇ ਦਾ ਕਰਕੇ ਦੋ ਆ ਕਰੋ ਇਹ ਕਰੋ ਉਹ ਕਰੋ ਬੰਦਾ ਪੁੱਛੇ ਅਸਾਂ ਮੁਲਾਜ਼ਮ ਰੱਖੇ ਆ ਇਹਦੇ ਹੀ ਇਹਦੇ ਮੁੰਡੇ ਦੇ ਯਾਰ ਇਹ ਤਾਂ ਗੱਲ ਏ ਆਪਣੇ ਹੁਣ ਮੀਆਂ ਨੂੰ ਕਿਵੇਂ ਸਮਝਾਈਏ ਉਹਦਾ ਗਿਰਾ ਹੈ ਉਹਨਾਂ ਨੂੰ ਗੱਲ ਕਰੀ ਵੇ ਨਾ ਤੇ ਮੌਸਮ ਵੇਖ ਕੇ ਨਾ ਤੇ ਅੱਜ ਮੇਰਾ ਵੀ ਨਾ ਦਿਲ ਪੇ ਕਰਦਾ ਨਾ ਹਾਂਜੀ ਬਹੁ 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 ਤੁਸੀਂ ਨਹੀਂ ਇਧਰ ਆ ਜਾਓ ਸਹੀ ਕਿਸੇ ਆਖਿਆ ਹਾਂਜੀ ਲੱਤੀਆਂ ਕਹਿਣੀਆਂ ਗਜਰੇ ਵਿੱਚ ਗਏ ਬਾਵਾਂ ਦੇ ਲੱਤੀਆਂ ਕਹਿਣੀਆਂ ਗਜਰੇ ਵਿੱਚ ਗਏ ਬਾਵਾਂ ਦੇ ਰੁਸਨਾ ਢੋਲਾ ਢੋਲ ਪਟੋਲਾ ਰੁਸਨਾ ਢੋਲਾ ਢੋਲ ਪਟੋਲਾ ਕੋਈ ਇਤਬਾਰ ਨਿਸ਼ਾਵਾਂ ਦੇ ਹੈ ਲੱਤੀਆਂ ਕਣੀਆਂ ਲੱਤੀਆਂ ਕਣੀਆਂ ਕਿਹਦੇ ਅੱਜ ਮੇਰਾ ਵਿਆਹ ਕਿਤੇ ਗਿਆ ਬਾਹਰ ਨਿਕਲਿਆ ਹੋਰ ਕਿਤੇ ਜਾਮਣਾ ਸੋ ਹਲੋ ਮੈਨੂੰ ਇਹ ਦੱਸੋ ਤੁਸੀਂ ਉਹਦੀ ਬੀਵੀ ਤਾਂ ਹੈ ਕੋਈ ਨੀ ਹੁਣ ਨਾ ਸਾਡੇ ਕੋਲ ਹੁੰਦੀ ਉਹਦੀ ਤੇ ਨਾ ਉਹਦੇ ਬੱਚੇ ਦੀ ਹੁੰਦੀ ਅਸੀਂ ਆਪਣੀ ਕਰੀਏ ਕਿ ਤੁਹਾਡੀ ਕਰੀਏ ਕਿ ਉਹਦੀ ਕਰੀਏ ਮੈਨੂੰ ਇਹ ਦੱਸੋ ਹੁਣ ਦੇ ਦੱਸੋ ਮੇਰਾ ਨਿੱਕਾ ਬਿਰਾ ਕਿਵੇਂ ਉਹਨੂੰ ਮੈਂ ਧੱਕੇ ਮਾਰ ਕੇ ਬਾਹਰ ਕੱਢਾਂ ਨਿੱਕਾ ਬਿਰਾ ਤਾਂ ਹੈ ਆਖਰ ਉਹਦੀ ਸ਼ਾਦੀ ਕਰ ਛੱਡੋ ਉਹਦਾ ਬੱਚਾ ਵੀ ਹੈ ਤੇ ਵੀਰੇ ਕਿੰਨੇ ਕੁ ਦੇਰ ਅਸੀਂ ਕਰੀਏ ਤੇਰੇ ਸਾਹਮਣੇ ਆਪਣੇ ਘਰ ਦਾ ਵੀ ਕਰਨਾ ਹੁੰਦਾ ਮਾਲ ਡੰਗਰ ਦਾ ਵੀ ਕਰਨਾ ਹੁੰਦਾ ਕੋਈ ਅਸਾਂ ਕਿਹੜਾ ਸਾਰਾ ਦਿਨ ਵੇਲ ਲੱਗਦਾ ਉਤੋਂ ਗਰਮੀ ਇੰਨੀ ਆਪਣਾ ਕਰਕੇ ਹਟੀਏ ਤੇ ਧੁੱਪ ਸਿਰਾਂ ਤੇ ਆ ਲੱਗਦੀ ਹੈ ਪੁੱਛੋ ਰੇ ਤੂੰ ਸੱਚੀ ਹੈ ਪਰ ਹੁਣ ਦੱਸ ਹੁਣ ਜੇ ਸੇ ਗੱਲ ਕਰਾਂ ਨਾ ਉਹ ਆਈ ਗੱਲ ਨੂੰ ਲੈਣ ਹੁੰਦਾ
ਅੱਛਾ ਦੇਖੋ ਦਾ ਛੋਰੇ ਉਹਦੇ ਨਾਲ ਤੇ ਉਹ ਢੇਰੋ ਬੋਲਦਾ ਚਤਰ ਚਤਰ ਕਰਦਾ ਚਤਰ ਚਤਰ ਉਹਨੇ ਤੇ ਉੱਕਾ ਲਾਡਾ ਨਾ ਉਹਨੇ ਸਿਰ ਤੇ ਚੜਾ ਕੇ ਰੱਖਿਆ ਤਮੀਜ਼ ਤੇ ਕੋਈ ਨਹੀਂ ਦਿੰਦੀ ਜੀ ਅਗਰ ਆਖੀ ਹੈ ਤੇ ਨਾ ਵੀਰੇ ਨੂੰ ਕੋ ਜਾਖਾਂ ਦੇ ਆ ਕਰ ਤੁਹਾਨੂੰ ਕਹਿੰਦਾ ਨਹੀਂ ਦਿੱਤੇ ਹੈਗੇ ਤੇ ਅੱਗੋਂ ਸਾਨੂੰ ਮੇਰੇ ਦੇਵਣ ਲੱਗ ਜਾਂਦਾ ਕੱਲ ਦੀ ਗੱਲ ਹੈ ਕਾਲੇ ਨੂੰ ਚਾਟ ਮਾਰ ਕੇ ਚੱਲ ਗਿਆ ਮਨੇ ਦਾ ਸਹੀ ਹੈ ਤਮੀਜ਼ ਹੈ ਚਾਚੇ ਭੁੱਖ ਲੱਗੀ ਹੈ ਮੈਂ ਰੋਟੀ ਦੀ ਓਏ ਹੋ ਭੱਜ ਕੇ ਆਏ ਤੇ ਭੁੱਖ ਲੱਗ ਗਈ ਹੈ ਮਾਰੇ ਸੇਦ ਹੋ ਗਈ ਹੈ ਬੂ ਪਹੁੰਚ ਕੇ ਰੱਖਿਆ ਨਾ ਸਾਰਾ ਪਾਣੀ ਪੇ ਫੰਦਾ ਹੈ ਅੰਦਰ ਨਾ ਹੋ ਜਾ ਵਿਕ ਨਹੀਂ ਅੰਦਰ ਹੋ ਜਾ ਆ ਜਾ ਅੰਦਰ ਆ ਜਾ ਚਲ ਅੰਦਰ ਆਓ ਮਾਰੇ ਸ਼ਰੋਕ ਗਈ ਤੇ ਰੋਟੀ ਤੇ ਦਿਓ ਭੁੱਖ ਲੱਗ ਗਈ ਹੈ ਰੋਕ ਗਈ ਨੇ ਹਲਾ ਦੇਰ ਨਹੀਂ ਹੈ ਸਬਰ ਕਰ ਇੱਕ ਸੈਂਕ ਤੇ ਹੋਈ ਹਾਂ ਨਹੀਂ ਤੂੰ ਮੇਰੇ ਕੋਲ ਰੋਟੀ ਖਾ ਕੇ ਗਿਆ ਤੇ ਤੈਨੂੰ ਹਨੇ ਭੁੱਖ ਲੱਗ ਗਈ ਆ ਬਾਜ ਕੇ ਆਣੇ ਇਸ ਤੇ ਭੁੱਖ ਲੱਗ ਬਾਜ ਕੇ ਆ ਫਿਰ ਜਨਾ ਭੁੱਖ ਲੱਗ ਜਾਂਦੀ ਹੈ ਹਨੇ ਤੇ ਤੂੰ ਖਾ ਕੇ ਜਾਂਦਾ ਪਿਆ ਵਾ ਕਿਸ ਲਈ ਸੋਣ ਖਾਦੇ ਹੁਣ ਕੋ ਟਾਈਮ ਯਾਰ ਰੱਟੀ ਵਾਲੀ ਹੁਣ ਪਕਣੀ ਮੇਰਾ ਬਿਰਾਨ ਬਾਹਰ ਰੋਟੀ ਮੰਗਦਾ ਹੀ ਪਿਆ ਥਾ ਲੈ ਮਿੰਟ ਬਾਅਦ ਸਭ ਕਾ ਪਕਾ ਕੇ ਯਾਰ ਪਤਾ ਕੀ ਗੱਲ ਹੈ ਚੁੱਪ ਕਰੇ ਨਾ ਛੋਰੇ ਆ ਹੁਣੇ ਖਾ ਕੇ ਮੋਟਰ ਤੇ ਨਾ ਕੇ ਮੋੜ ਭੁੱਖ ਲੱਗ ਜਾਂਦੀ ਸੋ ਮੇਰੇ ਬਾਲ ਜੇ ਹੁਣ ਭੁੱਖ ਲੱਗ ਗਈ ਤੇ ਕੀ ਹੋ ਗਿਆ ਹੁਣ ਮੇਰੇ ਵਿਰਾਸਾ ਆ ਗਿਆ ਤੂੰ ਕੋ ਠੇਕਾ ਲੈ ਉਹ ਮੇਰੇ ਖਾਵੇਂ ਹੁੰਦੀਆਂ ਨੂੰ ਉਹ ਆਂਦੀਆਂ ਨੇ ਤੂੰ ਬੰਜਾਇਆ ਹੋਇਆ ਨਹੀਂ ਬੰਜਾਈ ਸਾਰੀ ਜ਼ਿੰਦਗੀ ਮੇਰੇ ਸਮਾਨੇ ਤਾਂ ਕੋਈ ਨਹੀਂ ਪਕਾ ਖਵਾਇਆ ਅਰੇ ਭਾਈ ਉਹਨਾਂ ਨੇ ਖਵਾਇਆ ਹੋਇਆ ਗੱਲ ਹੈ ਕਿ ਉਹਨੇ ਸਾਥ ਤੋਂ ਜੇ ਉਹਨੇ ਦੁਨੀਆ ਨਹੀਂ ਰਹੀ ਤੇ ਇਹਦਾ ਮਤਲਬ ਹੈ ਵੀ ਜੇ ਨਾ ਦਿਲ ਕਰਦਾ ਮੇਰੇ ਬਾਲ ਨੂੰ ਦੂਰੀ ਰੱਖੋ ਤੇ ਮੈਨੂੰ ਦੂਰੀ ਰੱਖੋ ਅਸੀਂ ਕਿਤਨਾ ਕੋਨੂੰ ਦੂਰਿਆ ਦੂਰਿਆ ਉਹਨੂੰ ਰੋਟੀ ਨਹੀਂ ਦੇ ਸਕਦੀ ਕਰੂੰ ਹੁਣ ਤਾਂ ਉਹ ਖਾ ਕੇ ਗਿਆ ਹੈ ਤੇਰਾ ਘਰ ਹੀ ਕੰਟਰੋਲ ਹੈ ਆ ਤੇ ਨਿਜ਼ਾਮ ਹੈ ਤੇਰਾ ਹੁਣ ਮੈਂ ਕੀ ਕਰਾਂ ਮੇਰੇ ਵਾਸਤੇ ਕੋਈ ਨਹੀਂ ਹਾਲੇ ਤੇਰੇ ਵਾਸਤੇ ਕੋਈ ਨਹੀਂ ਅੰਦਰੋਂ ਮਹਿਲਾ ਹੈ ਕਾ ਦਾ ਵੀਰੇ ਅੰਦਰੋਂ ਮਹਿਲਾ ਮਿੰਟ ਸੇਕ ਜਿਤਨੀ ਬੈਠਿਆ ਜਾਂਦਾ ਹੈ ਅੰਦਰ ਚੱਲ ਜਾ ਤੇ ਨਾ ਕਰੋ ਅੰਦਰ ਆਵੋ ਤੇ ਗੱਲ ਮੈਂ ਨਾ ਗੱਲਾਂ ਤੋਂ ਅੰਦਾ ਜਦੋਂ ਮੈਂ ਕਰਨੀ ਹੈ ਨਾ ਉਹ ਸੱਖੀ ਕੱਢਣੀ ਆ ਇਹਦਾ ਗਾਲ ਘੁੱਟੀ ਵੇ ਉਹ ਅੰਨੇ ਕੱਢਦਾ ਤੇ ਫਿਰ ਅਸੀਂ ਕੀ ਕਰੀਏ ਸਾਤੂ ਨਹੀਂ ਪੱਕਦੀਆਂ ਕਿਉਂ ਨਹੀਂ ਪੱਕਦੀ ਕੱਪੜੇ ਧੱਪਦੇ ਤੇ ਨਹੀਂ ਅਸੀਂ ਦੋਵੇਂ ਕਿਤੇ ਜਾ ਵੀ ਨਹੀਂ ਪੱਕਦੀ ਵਿਆਹ ਕਰਾ ਲਾ ਵਿਆਹ ਉਹ ਹੁਣ ਮੈਂ ਕਿਦੂ ਲਵਾਂ ਹੁਣ ਮੈਂ ਵਿਆਹ ਕਰ ਰਿਹਾ ਯਤੀਮ ਵਾਲੇ ਮਸਕੀਨ ਨੂੰ ਅੰਦਰ ਆ ਜਾ ਮੈਂ ਆਖ ਨਹੀਂ ਸਕਦਾ ਮੇਰੇ ਮੂੰਹ ਤੇ ਗੱਲ ਹੁੰਦੀ ਤੇ ਮੁੜ ਪਿਛਾ ਵਗ ਜਾਂਦੀ ਹੈ ਮੇਰੇ ਭਾਈਏ ਹੁਣ ਕੁੱਤੇ ਦੇ ਲਾਕੇ ਲਗੇਂਦੀਆਂ ਪਈਆਂ ਨੂੰ ਤੇ ਮੋੜ ਅਸੀਂ ਘਰੋਂ ਨਿਕਲ ਜਾਵੇ ਹੁਣ ਜਾ ਕੋ ਖਾ ਮੇਰਾ ਵੀਰਾ ਤੇਰਾ ਆਪਣਾ ਫੈਸਲਾ ਕਰੋ ਨਿਕਲਣਾ ਤੇ ਅੱਛਾ ਠੀਕ ਹੈ ਨਾ ਮੈਂ ਹਿੱਸੇਦਾਰ ਇਸ ਘਰੇ ਸਮਝ ਆਈ ਨਾ ਜੇ ਨਜ਼ਰ ਕਦਾ ਦੂਰੀ ਰੱਖ ਦੋ ਯਾਰ ਕੇ ਗੱਲ ਕਰਨ ਵਾਲੀ ਆ ਅੱਛਾ ਹਿੱਸੇਦਾਰ ਹੈ ਫੇਰ ਤਕਲੀਫ ਨਹੀਂ ਨਾ ਨਾ ਪਕਿਆ ਇਹ ਚੋਗੀ ਤਾਂ ਮੈਂ ਆਪੇ ਪਕਾ ਲਈ ਸਾਂ ਹੁਣ ਤੇ ਨਹੀਂ ਲੱਗੇ ਬੱਦੀ ਬਲੇ ਤੂੰ ਮੈਨੂੰ ਇਹ ਦੱਸ ਕਿਹੜੀ ਸ਼ਾਇਦ ਆ ਵੇਲਾ ਰਾਜ ਵੀ ਖਾਂਦਾ ਰਿਹਾ ਤੇ ਹੁਣ ਇਸੇ ਪੇ ਮੰਗਣਾ ਵੇਲਾ ਰਾਜ ਖਾਂਦਾ ਰਿਹਾ ਨਹੀਂ ਉਹ ਚੰਗੀ ਇੱਜ਼ਤ ਕੀਤੀ ਫਰਜਾਈਆਂ ਨਾਲ ਵੇ ਤੂੰ ਤੇਨੂੰ ਪਕਾ ਕੇ ਦੇਂਦੀ ਤੇ ਧੋ ਕੇ ਦੇਂਦੀਆਂ ਤੇ ਹੁਣ ਤੂੰ ਇਸੇ ਦੀ ਗੱਲ ਕੀਤੀ ਹੁਣ ਜਵਾਬ ਨੂੰ ਦਿਵਾਇ ਖਲੋਤਰਾ ਤੂੰ ਮੈਂ ਸੱਚੀਆਂ ਅੰਦਰ ਚੱਲੋ ਨਾ ਰੋਟੀ ਦਾ ਕਿਹੜੀ ਕਰ ਯਾਰ
ਟੁੱਕਰ ਗਿਣਦਾ ਖਲਾ ਪੜਿਆ ਕਰਨ ਵਾਲੀ ਗੱਲ ਕੱਲ ਵੀ ਤੇ ਅੱਜ ਵੀ ਅੰਦਰ ਵਗ ਜਾਂਦੇ ਆ ਭਿੱਜਦੇ ਪਏ ਆ ਮੰਜੀ ਤੇ ਡਾ ਚ ਤੈਨੂੰ ਪਤਾ ਬੈਠਿਆ ਪਿੱਛੇ ਇਹਨਾਂ ਦੇ ਸਿਰ ਸਿਰ ਜਿਹੜੇ ਨਾ ਸਿਰ ਬਣਾ ਸਾਨੂੰ ਤੇ ਨੀ ਤਾਂ ਮੇਰਾ ਜਿਹੜਾ ਵਿਰਾਹ ਹੈ ਨਾ ਸਵਾਣੀ ਦੇ ਥੱਲੇ ਲੱਗੋ ਆ ਭਾਈ ਹੋਇਆ ਕੀ ਤੁਸੀਂ ਮੈਨੂੰ ਦੱਸੋ ਆਹ ਮਸ਼ਰੂਮ ਰੋਟੀ ਚੰਗੀ ਯਾਰ ਹੁਣ ਖਾ ਕੇ ਗਿਆ ਮੋਟਰ ਤੇ ਨਾ ਗਿਆ ਘੰਟਾ ਨਾਂਦਾ ਰਿਹਾ ਤੂੰ ਭੁੱਖ ਲੱਗ ਜਾਂਦੀ ਭੁੱਖ ਲੱਗ ਗਈ ਅੱਛਾ ਕੋਈ ਵਾਲਾ ਚਾਰ ਚਾਰ ਰੋਟੀਆਂ ਗਿਣਦਾ ਰਹਿ ਜਣਾ ਚਾਰ ਚਾਰ ਰੋਟੀਆਂ ਖਾ ਲਿਓ ਉਹ ਨਹੀਂ ਤੁਸੀਂ ਨੇ ਕਰ ਸਕਦਾ ਨਹੀਂ ਖਾ ਨਹੀਂ ਭੁੱਖ ਦੀ ਪੇ ਮੇਰੇ ਮੂੰਹ ਤੇ ਮਾਰ ਸਾਡੇ ਨੇ ਖਾ ਲਿਆ ਬਾਹਰ ਤੇ ਹੁਣ ਸਮਝ ਆਇਆ ਇਨਕਾਰ ਨਾ ਮੋੜ ਨਹੀਂ ਖਾਣ ਵਾਸਤੇ ਬੈਠੀ ਉਹ ਤਾਂ ਸਵਾਲ ਹੀ ਨਹੀਂ ਕਰ ਸਕਦੀ ਕਿ ਜਿੰਨੇ ਖਾ ਕੇ ਤਾਂ ਹੋਏ ਜਾਂਦਾ ਮੈਂ ਤੂੰ ਨਹੀਂ ਕਰਾ ਕੱਢ ਕੇ ਅੰਦਰ ਭੁੱਖ ਲੱਗ ਗਈ ਚੁੱਪ ਕਰ ਰੋਜ਼ਾ 1 ਮਿੰਟ ਹੋ ਰੋਵਾ ਵਾਸਤੇ ਮੰਗਣੀ ਹੈ ਅੱਛੋ ਰੇ ਜੱਟ ਦਾ ਜੱਟਮ ਨਹੀਂ ਹੈ ਤੇ ਤੀਲੀ ਨਾਲ ਆ ਕੇ ਆ ਗਈ ਘਰ ਤੁਸੀਂ ਚੰਗੇ ਨਿੱਕੇ ਦੇ ਬਾਲ ਦੀ ਤੁਸੀਂ ਨਹੀਂ ਕਰ ਸਕਦੇ ਮੇਰੇ ਹਲਕਾ ਹੈ ਬੰਦਾ ਗੱਲਿਆ ਤੇ ਤੂੰ ਆਰਾਮ ਮਿਲ ਜਾ ਸਾਨੂੰ ਹੋਰ ਆਇਓ ਕਰਾਵਣੀ ਆਇਆ ਇੰਜ ਹੈ ਚੁੱਪ ਕਰ ਮੂੰਹ ਤੂੰ ਵੀ ਬੰਦ ਕਰ ਭਾਈ ਇੰਜ ਹੈ ਕਦੋਂ ਤਾਈ ਤੂੰ ਆ ਮੁਥਾਜੀ ਦਿਖਾ ਸੇ ਆਪਣਾ ਸਵਾਨ ਕਰ ਲਾ ਕੋਈ ਸਾਹਿਬ ਕੋਈ ਨਹੀਂ ਮੁਥਾਜ ਮੇਰੇ ਕੋਲ ਆ ਜਾ ਸੀ ਠੀਕ ਹੈ ਮੂੰਹ ਅੱਛੀ ਗੱਲ ਹੈ ਤੁਸੀਂ ਖੁਸ਼ ਹੋ ਤੇ ਮੋੜੇ ਇਹਨਾਂ ਨੂੰ ਸਾਹ ਛੱਡੀਏ ਹੁਣ ਸਾਹ ਛੱਡੀਏ ਵਾਹ ਵਾਹ ਅਸਾ ਕਿਆ ਵਟੇ ਸਾਥ ਸੋਕਸ ਸੀ ਬੜਾ ਗੱਤੇ ਅਖੀਰ ਕਰ ਛੱਡੀ ਇਹਨਾਂ ਦਾ ਸਿਰ ਪਾੜ ਛੱਡਾ ਹੋਰ ਲਾਇਆ ਕਰ ਦਣਾ ਤੇ ਨੂੰ ਨਹੀਂ ਨਹੀਂ ਸਿਰ ਸਾਡਾ ਪਾੜ ਅਸੀਂ ਤਾਂ ਹੀ ਨਹੀਂ ਆਦੇ ਸਾਡਾ ਪਾੜ ਸੇ ਮੇਰੇ ਜੁਕਲ ਮਾਰ ਰੇ ਕਾ ਨਾ ਨਾ ਰੋ ਨਾ ਰੋ ਬੱਲ ਜਾਂਦੇ ਪਏ ਨੇ ਕਿਰ ਜਾਂਦੇ ਪਏ ਅਸੀਂ ਨਹੀਂ ਤੁਸੀਂ ਮੇਰੇ ਆ ਲੋ ਚਲੋ ਅਸੀਂ ਮੋਟੇ ਰਲਮ ਸਾਂ ਇਹ ਮੇਰਾ ਹੈ ਘਰ ਸਮਝ ਆਈ ਨਾ ਇਹ ਇਹਨਾਂ ਦੇ ਮੇਰਾ ਵੀ ਹੈ ਸਮਝ ਆਈ ਨਾ ਮੇਰਾ ਵੀ ਹੈ ਹਾਂ
ਸਹੀ ਗੱਲ ਕਰਦੀ ਪਈ ਹੁਣ ਤੇ ਜੈਸੇ ਕਾਸ਼ ਮੰਗਣ ਜਿਵੇਂ ਆਪਾਂ ਦੇ ਲੜ ਪੁੰਦੇ ਆ ਸਮਝ ਆਈ ਨਾ ਸਮਾਣੀ ਅੰਨਾ ਹੋ ਗਿਆ ਤੂੰ ਅੰਨਾ ਤੈਨੂੰ ਦਿਸਦੀ ਕਾਸ਼ਾ ਨੀ ਪਈ ਜਿਹੜੇ ਭੈਣ ਦਾ ਘਰ ਕੀ ਆਖ ਲੈ ਨਿੱਕਾ ਬਕਵਾਸ ਨਾ ਕਰ ਨਿੱਕਾ ਰਾਮ ਨਾ ਰਹੋ ਹਰੇ ਨਿੱਕਾ ਰ ਇੱਜ਼ਤ ਕਰਦਾ ਪਿਆ ਤੁਹਾਡੀ ਨਾਸਤਾ ਪਿਆ ਮਰੇਂਦਾ ਚੋਰ ਬੋਲ ਨਹੀਂ ਤੁਸੀਂ ਕਿਉਂ ਮੈਂ ਕਿਉਂ ਨਾ ਆਮਦੇ ਪਿਆ ਸੀ ਲੈ ਭਾਈ ਇਹ ਤੂੰ ਸਾਡੇ ਕੋਲ ਬੋਲ ਨਹੀਂ ਦੇ ਕਰ ਸਕਦੇ ਤੇ ਨਿੱਕੂ ਜੇ ਤੋਂ ਬਾਅਦ ਬਾਜੀ ਆਮਦੇ ਪਿਆ ਸੀ ਉਹਦੇ ਨਾਲ ਹੀ ਮੈਂ ਵੇਖਿਆ ਤੂੰ ਕਿਤਨਾ ਖਵਾਏ ਇੰਦਾ ਵਾਸਤੇ ਸਾਡੇ ਤਰੇ ਵਿਰਾਵਾਂ ਤੇ ਕਾਈ ਉਮੀਦ ਨਾ ਰੱਖੀ ਪਏ ਅੱਛਾ ਉਹ ਵੀ ਮੇਰੇ ਵਿਰਾ ਹੈ ਉਹ ਤੇਰਾ ਬੜਾ ਵਿਰਾ ਹੈ ਉਹ ਵਿਚਾਰੇ ਭਜਾਈ ਮਾਰ ਗਈ ਸਾਡੀ ਤੋਂ ਉਹਦੀ ਕਾ ਕਰਨੀ 10 ਮਿੰਟ ਹੁਣ ਤੂੰ ਕੀ ਕਰੀ ਹੁਣ ਉਹ ਜਿਹੜੀ ਉਮੀਦ ਰੱਖਦੀ ਹੈ ਨਾ ਉਸੇ ਤੇ ਰੱਖੀ ਸਾਡੇ ਦੋਹਾਂ ਤੇ ਕੋਈ ਨਾ ਇਹ ਰਾਮ ਤੇ ਤੈਨੂੰ ਇਹਨੇ ਟਿੱਕਾ ਘੜ ਕੇ ਬਣਵਾਣਾ ਹੈ ਤੇ ਵਾਲੇ ਬਣਵਾਣੇ ਨੇ ਦੱਸੀ ਜਾ ਹੋ ਨਾ ਫੋਨ ਕਰੀ ਮੈਂ ਹੁਣ ਉਸ ਨੂੰ ਆਪਣੇ ਕੋਲ ਰੱਖੇ ਸਾ ਤੂੰ ਸੇਡੀ ਕਰੇ ਹਾਂ ਹਾਂ ਜਾ ਮੇਰੀ ਬਹਿਣ ਦਾ ਖਿਆਲ ਰੱਖਿਆ ਤੈਨੂੰ ਕਦੀ ਵੀ ਕੋਈ ਦੁੱਖ ਸੁੱਖ ਨਾ ਆਵਣ ਦੇਵੀ ਉਸ ਲਈ ਸਾਡੀ ਮਾਂ ਸਹੀ ਆ ਗਈ ਆ ਇਹ ਜਿਤਨੀ ਨਿੱਕੀ ਉਤਨੀ ਫਿਤਰੀ ਨੇ ਉਹ ਫਿਤਰੀ ਰਹੀ ਹੈ ਇਹ ਬਹਿਣ ਹੀ ਨੇ ਸਾਡੀ ਜਰਾ ਅੱਜ ਵੇਖੇ ਨੱਕ ਤੇ ਵੱਜੀ ਆਈ ਤੂੰ ਵੀ ਚੁੱਪ ਕੀਤੀ ਕਰ ਚੁੱਪ ਕੀਤੀ ਕਰ ਤੈਨੂੰ ਬੋਲਣਾ ਲੋੜੇ ਹੋਇਆ ਕੋਈ ਨੂੰ ਮੈਂ ਤੇ ਪੱਕ ਦੀ ਪੁੱਤਰੋ ਕਾਲੇ ਖਾਨ ਜੀ ਅਸੀਂ ਤੈਨੂੰ ਜਿਤਨਾ ਵੀ ਪਿਆਰ ਕਰੀਏ ਨਾ ਜੀ ਹਾਂ ਮੋੜ ਵੀ ਮੇਰਾ ਪੁੱਤ ਤੂੰ ਬਾਹਰ ਦਾ ਤਾਂ ਹੈ ਨਾ ਜੀ ਹਾਂ ਮੇਰਾ ਜੰਮੇ ਹੋਇਆ ਤਾਂ ਨਹੀਂ ਨਾ ਜੀ ਹਾਂ ਉਸ ਤੈਨੂੰ ਬਿਰਾ ਬਣਾ ਕੇ ਇੱਥੇ ਰੱਖਿਆ ਹੋਇਆ ਜੀ ਹਾਂ ਤੇ ਬਿਰਾਵਾਂ ਵਾਕੋਂ ਤੈਨੂੰ ਸਮਝਦੀ ਵੀ ਆਏ ਜੀ ਹਾਂ ਪਰ ਜਿਹੜੇ ਆਏ ਬੰਦੇ ਨਾ ਸਾਡੇ ਵਸੇਬ ਦੇ ਮੇਰਾ ਪੁੱਤਰ ਜੀ ਹਾਂ ਇਹ ਮੋੜ ਵੀ ਗੱਲ ਕਰਨ ਤੂੰ ਨਹੀਂ ਜਾਂਦੇ ਜੀ ਹਾਂ ਹੁਣ ਇਹ ਤੋਂ ਵੇਖਣਾ ਮੇਰਾ ਪੁੱਤਰ ਕਿ ਅਸਾਂ ਤੈਨੂੰ ਕਿਵੇਂ ਵਾਂਗ ਗਾਦ ਚ ਰੱਖਿਆ ਹੈ ਤੇ ਤੋਂ ਕਿਵੇਂ ਵਾਂਗ ਸਾਡੀ ਵੀ ਇੱਜ਼ਤ ਬਚਾਈਏ ਤੇ ਆਪਣੀ ਮੇਰਾ ਪੁੱਤ ਬਚਾਵੇਂ ਜੀ ਜਿਵੇਂ ਵਾਂਗ ਉਸ ਤੇ ਨਾ ਕਿਹਾ ਮੇਰਾ ਬਿਰਾ ਹੈ ਜੀ ਤੂੰ ਹੁਣ ਬਿਰਾ ਬਣ ਕੇ ਵਿਖਾਈ ਉਹਨੂੰ ਜੀ ਹਾਂ ਆ ਮਿਲੋਖ ਵਿਲਾ ਮਾਲਾ ਸੁਣੇ ਤੇ ਵੇਖੇ ਜੀ ਭਾਈ ਇਹ ਵਾਕਿਆ ਮਾਮਾ ਯਾਰ ਦਾ ਪੁੱਤਰ ਹੈ ਜੀ ਵੇਚ ਆ ਜਿਹੜਾ ਨਾ ਜੀ ਹਾਂ ਇਹ ਯਤੀਮ ਵਾਲਾ ਖਾਤਾ ਇਹ ਮਿਲਖ ਦੇਖੇ ਅੱਗੇ ਐਂ ਮਲੂਮ ਹੋਵੇ ਭਈ ਇਹ ਤਾਂ ਛੋਟ ਹਾਂ ਇਥੋਂ ਦਾ ਜਾਮਪਾਲ ਜੀ
ਅਸੀਂ ਹਰ ਵੇਲੇ ਬਹਿਣ ਦਾ ਖਿਆਲ ਰੱਖਦਾ ਹੈ। ਮੌਸਮ ਨੇ ਮੁਝ ਪੇ ਐਸਾ ਜਾਦੂ ਕਰ ਦਿਆ, ਮੇਰੀ ਚਾਹਤ ਕੇ ਸਾਵਨ ਮੇ ਆ ਜਾ। ਰੁਕਾ ਤਾਂ ਤਾਂ ਘਰ ਆਈ ਹੈ ਭੀਗਲੇ ਪਿਆ, ਹੁਣ ਰੁਕ ਮੇਰੇ ਕਾਂ ਰੁਕਾ ਦੇ ਤੇ ਬਾਰਿਸ਼ ਨਿਕਲਾ ਸੀ, ਹੁਣ ਬਾਰਿਸ਼ ਮੇਰਾ ਪੁੱਤ ਰੁਕ ਜਾਈਏ। ਅੱਬਾ ਕੀ ਬਾਰਿਸ਼ ਹੈ ਇਦੋਂ ਵੇਖ, ਉਹ ਕਿਵੇਂ ਆ ਦਿਨ ਮਾਜ ਦਾ ਇੱਕ ਸਿੰਘ ਸਿਜਦਾ ਤੇ ਦੂਆ ਸਿਜਦਾ ਹੀ ਨਹੀਂ, ਕਮਲੀ ਐਂ ਥੋੜੀ ਹੁੰਦਾ ਤੇ ਸਾਵਣ ਦੀ ਬਾਰਿਸ਼ ਇਤਨੀ ਹੁੰਦੀ ਹੈ, ਥੋੜੀ ਜਿਹੀ ਆਈ ਮੋੜ ਰੁਕ ਗਈ, ਬਹੁਤ ਥੋੜੀ ਜਿਹੀ ਆਈ ਮੋੜ ਰੁਕ ਗਈ, ਕੀ ਮਜ਼ਾ ਹੀ ਨਹੀਂ ਆਇਆ, ਪੂਰਾ ਨਾਤੀ ਨਾ ਦੇ ਬਸ ਧੁੱਪ ਹੀ ਨਿਕਲ ਆਈ। ਮੈਂ ਕਰਵਾਉਣਾ ਚਾਹਾਂ ਮੰਜੀ ਤਾਂ ਕਿ ਨਵਾਜ਼ ਹੈ। ਨਹੀਂ ਅੱਬਾ ਅੱਜ ਕੱਲ ਜਿਹੜਾ ਨਾ ਫੈਸ਼ਨ ਨਿਕਲਿਆ ਵਾ ਵੱਡੀ ਬੋਤਲ ਨੀ 2.25 ਲੀਟਰ ਉਹਨੂੰ ਨਾ ਉੱਤੋਂ ਢੱਕਣ ਭੀੜ ਕੇ ਚੰਗੀ ਤਰ੍ਹਾਂ ਉਸ ਦੇ ਵਿੱਚ ਪਾਣੀ ਭਰ ਕੇ ਨਾ, ਨਹੀਂ ਪਹਿਲੇ ਪਾਣੀ ਨਹੀਂ ਭਰਨਾ, ਪਹਿਲੇ ਉਹਨੂੰ ਮੋਰੀਆਂ ਕਰਨੀਆਂ ਨਿੱਕੇ ਕੇਲ ਨਾਲ ਜਾਂ ਸੂਈ ਨਾਲ, ਕੇਲ ਨਾਲ ਕਾਲੇ ਖਾਨ ਤੈਨੂੰ ਪਤਾ ਹੈ ਨਾ ਉਹ ਅੱਜ ਕੱਲ ਬੜਾ ਫੈਸ਼ਨ ਨਿਕਲਿਆ ਵਾ ਉਹਦੀ ਮੋਰੀਆਂ ਕਰ। ਮੇਰਾ ਵਿਰਾਹ ਬਣਿਆ ਹੋਇਆ ਤੇ ਥਾਈ ਸਾਡੇ ਕੋਲ ਰਹਿੰਦਾ, ਇਹ ਕਾਲੇ ਖਾਨ ਇਸ ਦਾ ਨਾਂ ਤੇ ਹੁਣ ਸਾਡੇ ਕੋਲ ਰਹਿੰਦਾ। ਕਾਲੇ ਖਾਨ ਇਹ ਮੇਰਾ ਬਣਿਆ, ਮੇਰਾ ਬਣਿਆ ਆ ਗਿਆ। ਕਾਂਡ ਤੇ ਹੱਥ ਰੱਖੀਂਦਾ ਲੋਲਿਆ, ਵੱਡਾ ਹੈ ਨਾ ਤੂੰ ਜੋ ਵੱਡਾ ਹੈ, ਇਹ ਯਤੀਮ ਇਸ ਤੇ ਮਾਂ ਪਿਓ ਮਰ ਗਿਆ ਤੇ ਇਹ ਮੁੜ ਇੱਥੇ ਮੇਰੇ ਘਰ ਆਂਦਾ, ਮੇਰਾ ਵਿਰਾਹ ਬਣੇ ਹੋਇਆ ਤੇ ਇਸ ਤੇ। ਮੈਂ ਸੁਣਿਆ ਤੇਰੀ ਕਦੀ ਹੋਰ ਮੇਰਾ ਪੁੱਤ ਠੀਕ ਠੀਕ ਹੈ, ਤੇਰੇ ਨਾਲ ਜਿਹੜੀ ਗੱਲ ਕੀਤੀ ਆ ਮੈਂ ਸੁਣਿਆ ਤੇਰੀ ਕਿਸੇ ਨਾਲ ਗੱਲ ਨਹੀਂ ਹੋਈ, ਕਿਹੜਾ ਚਲਾ ਕੇ ਉਹ ਸੁਣਿਆ ਹੀ ਆ ਕੀ ਹੋਇਆ। ਮੈਂ ਸੁਣਿਆ ਵਿਆਦਾ ਵਾ ਤੇਰੀ ਕਿਸੇ ਕਾਲੇ ਨਾਲ ਮੰਗਣੀ ਹੋਈ ਹੋਈ ਏ, ਮੇਰੇ ਕਮਲਾ ਮਿਲਾਖ ਦੀਆਂ ਗੱਲਾਂ, ਨਹੀਂ ਮਿਲਾਖ ਦੀਆਂ ਗੱਲਾਂ ਆਏ ਦੀਨ ਦੁਨੀਆ ਦਾ ਅੱਲਾ ਦੇ ਹੁਕਮ ਨਾਲ। ਹਾਂ ਬੋਲੀ ਰੱਖੀ ਨਹੀਂ ਨਾ ਮੇਰੇ ਕੋਲ, ਹਾਂ ਹਾਂ ਪਈ ਆ ਲਾਇਆ ਉਹ ਬੋਤਲ ਲਾਇਆ ਤੇ ਦੁੱਧ ਦੇ ਵਿੱਚ ਪਾ ਕੇ ਨਾ ਸੋਡਾ ਬਣਾ ਦੇਵੀਏ। ਹਾਂ ਇਹ ਮੈਂ ਕਰਦੀ ਕਾਲਿਆ ਉਠੀ ਮੈਂ ਨਾ, ਤੂੰ ਵੀ ਗੱਲ ਸੁਣ, ਤੂੰ ਵੀ ਭਜ ਵਾਗੋ ਉੱਥੇ ਜਾ ਕੇ ਬਰਫ ਲਾਇਆ ਤੇ ਚੀਨੀ ਲਾਇਆ, ਪਰ ਮੁੜ ਕੋ ਸ਼ੋਤ ਲਈ ਜਾਵਾਂ ਤੂੰ ਜਾ ਨਾ, ਤੂੰ ਤਾਂ ਲਾ ਬਰਫ ਤੇ ਗੇ ਲਾ ਕਾਇਨਾ ਲੋ ਓਏ ਨਾ ਰੋਟੀ ਖਾ ਤੁਸੀਂ ਅੱਬਾ ਉੱਥੇ ਬੋਤਲ ਵੀ ਫੱਦੀਆਂ ਵੀ ਆਈਆਂ ਉਹਦੇ ਵਿਆਹ ਤੇ ਲਾਇਆ ਤੁਸੀਂ ਮੁੜ ਕੋ ਸ਼ੋਤ ਲੈਣ ਅੱਡੇ ਤੇ ਵਗ ਜਾਵੇ ਠੀਕ ਹੈ ਠੀਕ ਹੈ ਬੋਤਲ ਦਾ ਕੋਈ ਨਹੀਂ ਪੀ ਮੈਂ ਕਿਉਂ ਕਿਉਂ ਦੋ ਛੋਟਾ ਬਰਸਾ ਹੈ ਬੋਲੀ ਬੋਲੀ ਕੀ ਦੀ ਬੋਲੀ ਬੋਲੀ ਮੇਰਾ ਪੁੱਤ ਜੋ ਕੇ ਲਾਇਆ ਦੇ ਦੋ ਤਿੰਨ ਮੈਂ ਤਾਂ ਸੁੱਕੀ ਬੋਲੀ ਪੀ ਮਣੀ ਓਕੇ ਹੁੰਦੀ ਹੈ ਸੁਕਾ ਕੀ ਇਹ ਗੱਲ ਹੈ ਤੁਸੀਂ ਪਰੇਸ਼ਾਨ ਹੋ ਕੀ ਹੋਇਆ ਨੇ ਨਹੀਂ ਨਹੀਂ ਕੋਈ ਨਹੀਂ ਤੁਸੀਂ ਗੱਪਾ ਛੱਪਾ ਮਾਰੋ ਮੈਂ ਮੁੜ ਨਹੀਂ ਦੱਸੋ ਨਾ ਹੋਇਆ ਕਿ ਪਰੇਸ਼ਾਨ ਹੋਏ ਬੈਠੇ ਹੋ ਨਹੀਂ ਕੁਝ ਵੀ ਨਹੀਂ ਬਸ ਤੂੰ ਦੱਸ ਕੀ ਹੋਇਆ ਬੁ ਦੱਸਾਂ ਚਾ ਨਹੀਂ ਆਖਿਆ ਨਾ ਦੱਸ ਮੈਨੂੰ ਮੈਂ ਜੋ ਆਦੀ ਪੇ ਮਾਸੀ ਨਾ ਮੈਂ ਦੱਸ ਬੁਰਾ ਨਾ ਲਾਸਟ ਟਾਈਮ ਚਾਚੀ ਲੜਦੀ ਰਹਿੰਦੀ ਹੈ ਓਹੋ ਮਾਂ ਜੀ ਹੋ ਗਿਆ ਇਹਦਾ ਕੌਣ ਕਿਉਂ ਲੜਦੇ ਰਹਿੰਦੇ ਮੁਰ ਤੁਹਾਡੇ ਨਾਲ ਕਿਉਂ ਲੜਦੇ ਨੇ ਚਾਚੂ ਹੋਰੀ ਵੀ ਲੜਦੇ ਨੇ ਤੇ ਚਾਚੀ ਹੋਰੀ ਵੀ ਲੜਦੇ ਨੇ ਕਿਉਂ ਮੈਂ ਰੋਟੀ ਮੰਗ ਲਵਾਂ ਤੇ ਮੈਨੂੰ ਮਰੇਂਦੇ ਨਾਲੇ ਸਾਡੇ ਕੋਲ ਵੀ ਪਤਾ ਲੱਗੇ ਕੀ ਮਤਲਬ ਇੱਥੇ ਕਿਉਂ ਰਹਿਣਾ ਹੁਣ ਅੱਗੇ ਹੋਰ ਗੱਲਾਂ ਹੁਣ ਬੰਦੇ ਵੀ ਗੱਲਾਂ ਕਰ ਸਕਣ ਤੇ ਬੰਦਿਆਂ ਨਾਲ ਕੀ ਹੈ ਮਾਨ ਜੀ ਕੀ ਹੋ ਜੀਆਂ ਗੱਲ ਅਗਲੇ ਦੇ ਵੀ ਤੁਸੀਂ ਗੱਲ ਕਰ ਲਈਏ ਬੰਦੇ ਮੈਨੂੰ ਕੀ ਆਖ ਸਕਦੇ ਮੈਂ ਉੱਥੇ ਕਿਵੇਂ ਰਹਿ ਸਕਣਾ ਓਏ ਹਾਲੀ ਤਾਂ ਇੰਨਾ ਹੀ ਇਹਨਾਂ ਗੱਲਾਂ ਦਾ ਪਤਾ
ਹਜੇ ਮੈਨੂੰ ਨਹੀਂ ਪਤਾ ਤਾਂ ਪਤਾ ਨਹੀਂ ਕਦੋਂ ਲੱਗਣਾ। 28-29 ਸਾਲ ਤੋਂ ਮੇਰੀ ਵੀ ਉਮਰ ਹੋ ਗਈ ਹੈ, ਮੈਂ ਬਾਲੜੀ ਤਾਂ ਰਹੀ ਨਹੀਂ। ਹੁਣ ਅੱਬੇ ਨਾਲ ਨਾ ਤੇਰੀ ਸ਼ਾਦੀ ਕਰਾ। ਸ਼ਾਦੀ ਕਰਾ ਫੇ ਕਰ ਲਈ ਸਾ, ਤੁਸੀਂ ਜੋ ਕਰਕੇ ਰੱਜੇ ਪਏ ਹੋ। ਹਾਂ ਮੈਂ ਸ਼ਾਦੀ ਕਰ ਲਵਾਂ। ਮੇਰੇ ਤਾਂ ਚਲੋ ਨਸੀਬ ਹੋਰ ਕੀ ਹੋਇਆ ਤੱਕ, ਹੁਣ ਰਹਿਣਾ ਹੀ ਨਹੀਂ ਥਾਈ ਮੇਰੇ ਕੋਲ। ਮੈਂ ਪੂਰੇ ਮਨਾ ਕੇ ਠਹਿਰ ਆਣਾ, ਮੈਂ ਤੂੰ ਨੇ ਦੀ ਉਹਨਾਂ ਨੇ ਗੱਲਾਂ ਨਹੀਂ ਬਰਦਾਸ਼ਤ ਹੁੰਦੀਆਂ। ਰੋਟੀ ਮੰਗਦੇ ਤਾਂ ਮਾਰੇ ਨਾਲ ਹੁਣ ਨਹੀਂ ਕਰਦੇ। ਕਿਉਂ ਲੜਦੀ ਹੈ? ਕਿਉਂ ਕਿਉਂ ਮਾਰ ਕੇ ਤੇ ਖਰਚਾ ਤੁਸੀਂ ਕੋਈ ਨਹੀਂ ਦਿੰਦੇ, ਕੋਈ ਨਹੀਂ ਪੈਸੇ ਜੈਸੇ ਦਿੰਦੇ। ਉਹ ਸਾਰਾ ਕੋਈ ਦਿੰਦਾ ਹੈ ਜਿਹੜੀ ਜਾਲੀ ਲੱਗਦੀ ਹੈ। 1000-1500 ਅੱਜ ਖਾ ਕੇ ਆ, ਕੋਈ ਨੂੰ ਖਾਦੇ ਉਹ ਪਹਿਲੇ ਦਿੱਤੀ ਉਹਨੇ, ਸੁਬਾ ਤੋਂ ਦਿੱਤੀ ਕੋਈ ਜਨੇ ਮੰਗੀ ਹੈ ਤਾਂ ਲਓ ਠੀਕ ਹੈ ਲਾ। ਆ 5000 ਰੁਪਈਏ ਜਾ ਆਪਣੀ ਮਰਜ਼ੀ ਦੇ, ਤੂੰ ਜਾ ਉਹ ਜਿਹੜੀ ਅੰਮਾ ਨਹੀਂ ਬੈਠੀ। ਇਤਨੇ ਪੈਸੇ ਨਾ ਦਿਓ, ਮੈਂ ਤਾਂ ਕਹੇ ਲਿਆਂ ਦੇ ਸਮਝ ਜਾ ਜਾ ਮੇਰਾ ਬੱਚਾ ਨਾ ਵੰਜਾਓ। ਸੋ ਕਿਉਂ ਅੱਲਾ ਮਾਫੀ ਦੇ, ਮੇਰਾ ਇੱਕੋ ਇੱਕ ਬਣਿਆ ਕਿ ਨਾ ਵੰਜਾਓ, ਸੇ ਕਿਹੜੀ ਗੱਲ ਹੈ। ਔਰ ਤੁਸੀਂ ਮੈਨੂੰ ਦੱਸੋ ਨਾ ਪਹਿਲੇ, ਇਸ ਤਰ੍ਹਾਂ ਚੰਗਾ ਤਾਂ ਮੈਂ ਮਰ ਜਾਂ। ਕਿਉਂ ਅੱਲਾ ਮਾਫੀ ਦੇ ਵਿਸ਼ਾਲਾ, ਇਹ ਗੱਲ ਕਿਉਂ ਕਰਿੰਦੇ ਪਏ ਹੋ? ਤੇਰੀ ਭੈਣ ਦਾ ਪਤਾ, ਤੇਰੀ ਭੈਣ ਨੇ ਪਾਲ ਲੈਣਾ, ਮੈਂ ਕਿਵੇਂ ਪਾਲਾਂ ਕਿ ਜਾਣਾ। ਓਕੇ ਪਿਓ ਜਿਹੜੇ ਹੁੰਦੇ ਨਾ ਉਹ ਪਾਲ ਲੈਂਦੇ, ਮਾਵਾਂ ਸ਼ੋਦੀਆਂ ਔਖੀਆਂ ਉਹ ਕੇ ਪਾਲ ਲੈਂਦੇ, ਮਾਵਾਂ ਪਾਲ ਦੀਆਂ ਨੂੰ ਦੁਨੀਆ ਨਹੀਂ ਅੱਜ ਕਣ ਦਿੰਦੀ। ਹੁਣ ਇਸ ਟਾਈਮ ਤੁਸੀਂ ਵੇਖੋ ਨਾ ਤੁਹਾਡੇ ਸੱਕੇ ਵੀ ਰਾਹ ਹੈ। ਮੈਂ ਨਾ ਅਦੇ ਜਣੇ ਕਿਦਾਂ ਸ਼ਾਦੀ ਕਰ ਲਾ, ਉਹ ਮੈਂ ਆਖਿਆ ਮੈਂ ਜਿਹੜੀ ਲਾਇਆ ਵਣੀ ਉਸ ਦਿਨ ਕੀ ਅੱਗੇ ਅਜ਼ਾਬ ਤੇ ਚੜੇ ਹੋਇਆ, ਹੁਣ ਕਈ ਹੋਰ ਆਉਂਦੀ ਹੈ ਪੂਯੂ ਜਿਹੜਾ ਹੈ ਉਸ ਦਿਨ ਪੱਲੇ ਹੀ ਕੋਈ ਨਹੀਂ ਛੱਡਿਆ। ਤੁਸੀਂ ਮੈਨੂੰ ਇਹ ਦੱਸੋ ਮਾਨ ਜੀ, ਇਹ ਗੱਲ ਗਲਤ ਤੱਕ ਆਈ ਨਹੀਂ, ਅਗਰ ਤੁਸੀਂ ਸ਼ਾਦੀ ਕਰ ਲਓ ਤੇ ਜਿਹੜੀ ਨਿਤ ਜਿਹੜੀ ਦੀ ਵਧੀਆ ਗੱਲਾਂ ਸੁਣਨੀਆਂ ਪਾਉਂਦੀਆਂ ਨੇ ਉਹ ਤਾਂ ਨਹੀਂ ਦੱਸੋ। ਉਹ ਨਾਨੀਆਂ ਸੁਣੀਆਂ ਕਸਤੇ ਹੀ ਨਹੀਂ, ਇਹਨ ਕਿਸੇ ਹੋਰ ਪਰਾਇਆ ਬੰਦੇ ਗੱਲ ਕਰਨੀ ਉਹ ਚਲੋ ਆਪਣੇ। ਇਹਨੂੰ ਕਿਉਂ ਕਿਸੇ ਕਰਨੀ ਹੈ, ਮੇਰੇ ਕੋਲ ਆ ਜਾ ਸੀ, ਤੁਸੀਂ ਆਪਣੇ ਘਰੇ ਸੁਖੀ ਰਵੇ। ਨਹੀਂ ਨਹੀਂ ਮੈਂ ਇਸ ਬਿਨਾ, ਮੇਰਾ ਤਾਂ ਜੱਟ ਨਹੀਂ ਬੰਦਾ, ਮੇਰਾ ਤਾਂ ਸਾਰਾ ਕੁਝ ਹੀ ਆ ਗਿਆ ਕਰਿਆ ਮਿਲਣ, ਇਸ ਨੂੰ ਕਿਹੜਾ ਰੁਕੇਂਦੇ ਪਿਆ ਸੀ ਤੁਹਾਨੂੰ। ਨਹੀਂ ਨਹੀਂ ਸ਼ਾਦੀ ਮੈਂ ਨਹੀਂ ਕਰਦਾ। ਕੀ ਹੁਣ ਸਾਰੀ ਜ਼ਿੰਦਗੀ ਤੁਸੀਂ ਸ਼ਾਦੀ ਤੋਂ ਬਗੈਰ ਗੁਜ਼ਾਰ ਦੇਵਣੀ? ਇੰਜੇ ਇਰਾਦਾ ਬਸ ਇਹ ਜੋ ਸਹੀ ਮੈਂ ਇੱਥੇ ਮੁੱਕਦਾ ਹੀ ਨਹੀਂ। ਜ਼ਰੂਰੀ ਤੇ ਨਹੀਂ ਅੱਲਾ ਪਾਕ ਪੰਜ ਅੰਗਲੀਆਂ 'ਚ ਹੀ ਫਰਕ ਬਣਾ ਹੋ ਸਕਦਾ, ਕਈ ਐਸੀ ਮਿਲ ਜਾਵੇ ਜਿਹੜੀ ਬੱਚੇ ਦੀ ਵੀ ਕਰੇ, ਤੁਹਾਡੇ ਨਾਲ ਵੀ ਜ਼ਿੰਦਗੀ ਉਸ ਦੀ ਸੁੱਖੀ ਗੁਜ਼ਰੇ। ਫੋਨ ਤੋਂ ਫੋਨ ਦੇ ਭਾਵੇਂ ਤੇ ਪਿੱਛ ਬਹਿਣ ਵਧੀਆ ਘਰ, ਉਹ ਫੋਨ ਤੇ ਕਰਦੀ ਹੈ। ਭੈਣ ਵੀ ਆਈ ਹੋਈ ਨੇ ਜੀ? ਨਹੀਂ ਉਹ ਸ਼ੋਦੀ ਤਾਂ ਬੋਂ ਆਖਿਆ ਵੀ ਤੈਨੂੰ ਰੁਕ ਜੋ ਹੁਣ ਆਈ ਹੈ। ਠੀਕ ਹੈ ਮੈਂ ਕੋਈ ਨਹੀਂ ਬੈਠਾ ਫੱਟੇ ਵਾਲੇ ਦੁਕਾਨ ਵੀ ਬੰਦ, ਬਸ ਦੋ ਚ ਮਿੱਠਾ ਕਰ ਮੇਰਾ ਪੁੱਤ। ਉਹ ਚੀ ਉਹ ਤਾਂ ਮੈਂ ਕਰੇ ਨਹੀਂ ਆਪਾ, ਕਿਹਦੇ ਗਿਆ ਕਾਲੇ ਖਾਨ ਉਹ ਹੁੰਦਾ ਤਾਂ ਆ ਗਿਆ। ਅੱਲਾ ਮੈਂ ਤੁਹਾਡੇ ਉਹ ਗਵਾੜੀ ਕੋਲ ਬਰਫ ਨਾ ਤੂੰ ਜਾਵੇਂ ਨਾ ਚੂਚਾ ਫਾਦਾ ਆਪਣਾ ਤੋ ਹਾਂ। ਨਹੀਂ ਮੈਂ ਡੋਕੇ ਖੁਦ ਥਿਆ ਤੁਸੀਂ ਬਹੁ ਗੱਪ ਸ਼ਪ ਮਾਰ ਜੀ ਦੇ ਜੀ। ਹਾਂ ਹਾਂ ਹੁਣ ਪੱਕੇ ਖਲੇ ਹੋਣੇ। ਠੀਕ ਹੈ ਤੁਸੀਂ ਜਾਓ, ਚੂਚਾ ਫਾਦ ਪੁੱਤ ਨਾ, ਤੂੰ ਚੂਚਾ ਫਾਦ ਦੇ ਨਾ ਕਾਲੇ ਖਾਨ। ਹਾਂ ਬੰਦ ਰਾਤੀ ਠਾਈ ਦਾ ਮੈਂ ਬਹੁਤ ਜ਼ਰੂਰ ਉਹਦੇ ਮੇਰਾ ਪੁੱਤ ਮਿਲ ਜਾਵੇ। ਰਾਤੀ ਤਾਂ ਬਾਜੀ ਠਾਈ ਹੈ ਨੋ, ਲੇਕਿਨ ਬਸ ਬੜਾ ਮਸਲਾ ਬਣਿਆ ਖਲੋਤਾ ਹੀ ਨੇ। ਕੀ ਗੱਲ ਕੀ ਹੋਈ ਹੈ ਮੇਰੇ ਕੋਲ, ਮੈਂ ਦੱਸ ਤਾਂ ਸਹੀ ਤੂੰ ਕੀ ਗੱਲ ਪੁੱਛ ਰਹੀ ਹੈ? ਦੱਸਾਂ ਬਾ, ਉਹਨਾਂ ਦੀ ਆਪਸ ਦੀ ਬਿਰਾਵਾਂ ਦੀ ਲੜਾਈ ਤੇ ਬੜੀ ਟੈਨਸ਼ਨ ਬਣੀ ਖਲੋਤੀ ਹੈ। ਕੀ ਲੜਾਈ ਕੀ ਹੈ ਇਹਨੇ, ਕਿਉਂ ਇੱਕ ਦੂਜੇ ਨਾਲ ਲੜੇ ਪੀੜੇ ਨੂੰ? ਉਹ ਨੋਕੀਏ ਦੀ ਵਜ੍ਹਾ ਕਰਕੇ, ਨੋਕੀਆ ਰੋਟੀ ਛੋਟੀ ਮੰਗਦਾ ਤਾਂ ਮੁੜ ਗਲੀਆਂ ਦੀ ਬਸ ਤੇਰਾ ਠੇਕਾ ਚਾ ਲਿਆ, ਰੰਨ ਆਪਣੀ ਲਾਇਆ ਜਿਹੜੀ ਤੈਨੂੰ ਪਕਾ ਗੁਣ ਕੇ ਤੈਨੂੰ ਤੇ ਤੇਰੇ ਪੁੱਤਰ ਨੂੰ ਵੀ ਦੇਵੇ। ਨਿਤ ਜਿਹੜੀ ਮੁਰੱਬਤ ਇਹਨੇ ਤਾਂ ਪਤਾ ਹੀ ਹੈ, ਪਰਾਇਆ ਕੌਣ ਕਰੇਂਦਾ। ਉਹ ਗੱਲ ਬਿਲਕੁਲ ਬਜਾ ਹੈ ਮੇਰਾ ਪੁੱਤ। ਹਲਾ ਹੁਣ ਇਹ ਦੱਸ, ਮੈਂ ਨੋਕੀਏ ਨੂੰ ਕਿਤਨੀ ਵਾਰੀ ਆਖਿਆ, ਮਾਂ ਨੂੰ ਕਿਤਨੀ ਵਾਰੀ ਆਖਿਆ ਵੀ ਸਾਡੇ ਕੋਲ ਰਹਿ ਪਾ, ਨਹੀਂ ਨਾ ਰਹਿੰਦੇ ਬੰਦੇ ਗੱਲਾਂ ਨਾ ਕਰੇ। ਅੱਬਾ ਇਸੇ ਗੱਲ ਦੇ ਪਿੱਛੇ ਆਖਿਰ ਉਹ ਜਿਵੇਂ ਵੀ ਇਹ ਬਣਵੀਆ ਹੈ ਸਾਡਾ ਬਣਵੀਆ, ਉਹ ਕਿਵੇਂ ਰਵੇ ਸਾਡੇ ਕੋਲ? ਤੂੰ ਹੁਣ ਕੀ ਚਾਹੁੰਦੇ ਹੈ? ਨੋਕੀਏ ਨੂੰ ਉਹ ਧੱਕੇ ਦੇਵੇਂ, ਉਹ ਚਪਾਰਾ ਭੁੱਖਾ ਰਵੇ? ਅੱਬਾ ਇਹ ਆਖਿਆ ਮੇਰੇ ਕੋਲ ਥਾਈ ਰਹਿ ਜਾਵੇ, ਹੁਣ ਮੈਂ ਕਿਹਾ ਤੂੰ ਵੀ ਦਾਦੜੇ ਥਾਂ ਰੋ ਸਕਾਂ, ਮੈਂ ਕਿਸ ਰਿਸ਼ਤੇ ਨਾਲ ਇੱਥੇ ਬਵਾਂ? ਅੱਗੇ ਹੋਰ ਗੱਲ ਆ, ਮੇਰੀ ਆਖਿਰ ਉਹ ਬੀਵੀ ਆਈ, ਉਹਦਾ ਪੇਕਾ ਘਰ ਆਈ, ਹੁਣ ਮੈਂ ਇੱਥੇ ਕੀ ਆਖ ਸਕਾਂ, ਕਿਉਂ ਬੈਠਾ? ਹੁਣ ਮਜਬੂਰੀ ਸਾਰੀ ਵੇਖ ਲਈਆਂ ਨੇ, ਮੇਰਾ ਦਿਲ ਵੀ ਐਵੇਂ ਆ ਬਈ ਤੇਰਾ ਬਣਿਆ,
ਜੇਕਰ ਮੈਂ ਤੇਰਾ ਨਿਕਾਹ ਜਮਾਨ ਨਾਲ ਕਰਾਂ ਤੇ ਉਸ ਘਰ ਚ ਵਗ ਜਾਵੇ ਆਪਣਾ ਵੱਡਾ ਇਤਰਾਮ ਵਾਲੀ ਜਗ੍ਹਾ ਤੇ ਰੱਖੇ ਹੋਏ ਨਾ ਤੋਂ ਗੱਲ ਕੀਤੀ ਨਾ ਉਸ ਕੀਤੀ ਉਹ ਮੈਂ ਬਣੇ ਮਗਰ ਗੱਲ ਕਰਦਾ ਪਿਆ ਤੇਰਾ ਬਣਿਆ ਮੇਰਾ ਦੋਤਰਾ ਮੈਨੂੰ ਵੀ ਚੰਗਾ ਨਹੀਂ ਲੱਗਦਾ ਜਿਹੜਾ ਇਹਦਾ ਗੰਦਾ ਟਬਰ ਤੇ ਭਰਜਾਈਆਂ ਦੇ ਜਿਹੜੇ ਹਾਲ ਨੇ ਮੇਰਾ ਉੱਥੇ ਗੁਜ਼ਾਰਾ ਕੋਈ ਨਹੀਂ ਹੋਣਾ ਸਮਝ ਆਈ ਮੈਂ ਭਰਜਾਈ ਬਣੇ ਦੇ ਪਿੱਛੇ ਕੁਰਬਾਨੀ ਦੇ ਵੀ ਜਾਣੀ ਆ ਤੇ ਮੈਨੂੰ ਇਹਦਾ ਸਾਡਾ ਉੱਥੇ ਕੋਈ ਗੁਜ਼ਾਰਾ ਹੋਣਾ ਤੇ ਕਮਲੀ ਇਹ ਦਿਹਾੜੀ ਲੜਾਈ ਬੇਸਬ ਅਧਿਕਾਲ ਨੂੰ ਮੇਰੇ ਪਿੱਛੇ ਬਿਰਾ ਬਿਰਾ ਫੋਟ ਵੰਨੀਆਂ ਫਾਇਦਾ ਮੈਨੂੰ ਚੰਗੀ ਕੌਣ ਆਖ ਸੀ ਹੁਣ ਉਹ ਸਭ ਰੋਟੀ ਮਗਰ ਧੱਕੇ ਲੈਂਦਾ ਨਹੀਂ ਪਿਆ ਹਜ਼ਾਰਾਂ ਸੁਣਦਾ ਪਿਆ ਉਹਨਾਂ ਦੀ ਹੁਣ ਉਹਨੇ ਮੈਂ ਆਖਿਆ ਥਾਈ ਮੈਨੂੰ ਦੇ ਚ ਬਣਿਆ ਥਾਈ ਮੈਂ ਕੋਲ ਰੱਖਵਾ ਤਾਂ ਨਹੀਂ ਮੈਂ ਨਹੀਂ ਰਹਿ ਸਕਦਾ ਇਸ ਤੋਂ ਬਿਨਾਂ ਮੇਰਾ ਪੁੱਤ ਮੇਰੀ ਗੱਲ ਸੁਣ ਜੇਕਰ ਤੂੰ ਉਹਨੇ ਨਾ ਤੇ ਰਹਿ ਸਕਦਾ ਤੇ ਗੱਲ ਵਾਕਿਆ ਉਹ ਆਪਣੀ ਜਗ੍ਹਾ ਤੇ ਸੱਚਾ ਹੈ ਜੇਕਰ ਤੂੰ ਵਗ ਜਾਸੇ ਪਰਨੇ ਕਿ ਉਸ ਗਾਰੇ ਇੱਕ ਤਾਂ ਉਹਨੂੰ ਮਾਂ ਦਾ ਪਿਆਰ ਲੱਭ ਜਾਸੀ ਦੂਏ ਨੰਬਰ ਤੇ ਉਹ ਬਿਰਾਵਾਂ ਨਾਲੋਂ ਵੱਖਰਾ ਹੋ ਜਾਸੀ ਅੱਬਾ ਮੈਂ ਜ਼ਿੰਦਗੀ ਇਸ ਵਾਸਤੇ ਆਪਣੀ ਕੁਰਬਾਨ ਕਰਨ ਕਾਰਨ ਮੈਂ ਐਡੀ ਹੋਈ ਹਾਂ ਅੱਲਾ ਮੈਨੂੰ ਇਸ ਵਾਸਤੇ ਬਣਾ ਕੇ ਭੇਜਿਆ ਕਿ ਮੈਂ ਜਾ ਕੇ ਬਣੇ ਦੇ ਪਿੱਛੇ ਕੁਰਬਾਨੀ ਦੇ ਛੱਡਾਂ ਮੇਰੇ ਵੀ ਖਾਬ ਹਨ ਮੇਰੇ ਵੀ ਕੋਈ ਖਿਆਲ ਹਨ ਮੈਂ ਵੀ ਕੋਈ ਸੋਚਿਆ ਆਪਣੇ ਬਾਰੇ ਅੱਛਾ ਯਾਨੀ ਕਿ ਤੂੰ ਆਪਣੀ ਜ਼ਿੰਦਗੀ ਦੇ ਬਾਰੇ ਸੋਚਣਾ ਹੈ ਨਾ ਤੋ ਮੇਰੇ ਬਾਰੇ ਸੋਚਣਾ ਨਾ ਤੋ ਬਣੇ ਦੇ ਬਾਰੇ ਸੋਚਣਾ ਮੇਰਾ ਵੀ ਦਿਲ ਨਾ ਮੈਂ ਗੱਲ ਨਹੀਂ ਕੀਤੀ ਤੁਹਾਡੇ ਬਾਰੇ ਤੁਹਾਡੇ ਤੂੰ ਤਾਂ ਮੇਰੀ ਜਾਨ ਹੀ ਕੁਰਬਾਨ ਹੈ ਮੈਂ ਕਦੋਂ ਆਖਿਆ ਤੁਹਾਡੇ ਬਾਰੇ ਨਹੀਂ ਸੋਚਿਆ ਲੇਕਿਨ ਅੱਬੂ ਇੱਕ ਰਿਸ਼ਤੇ ਦਾ ਵੀ ਤਕਾਜ਼ਾ ਹੁੰਦਾ ਨਾ ਮੂੰ ਮੇਰਾ ਉਹਦਾ ਕੀ ਰਿਸ਼ਤਾ ਮੈਂ ਉਹਨੂੰ ਕਿਵੇਂ ਜੇ ਕਿਸ ਨਜ਼ਰ ਨਾਲ ਵੇਦੀ ਆ ਮੱਝ ਉਹਨੂੰ ਮੈਂ ਮੀਆਂ ਬਣਾ ਲਵਾਂ ਬਸ ਸਮਝੋ ਨਾ ਤੁਸੀਂ ਵੀ ਮੇਰਾ ਪੁੱਤ ਜਦੋਂ ਰਿਸ਼ਤੇ ਹੋਣ ਤੋਂ ਪਹਿਲੇ ਖੂਨ ਦੇ ਰਿਸ਼ਤੇ ਕੀ ਹੀ ਹੁੰਦੇ ਮਸੇਰ ਪਿਤੇਰ ਪਿਤਰੇਰ ਫੁਫੇਰ ਰਿਸ਼ਤੇ ਸਾਰੇ ਜਿਸ ਵਕਤ ਨਿਕਾਹ ਹੋ ਜਾਵੇ ਨਾ ਉਸ ਵਕਤ ਰਿਸ਼ਤਾ ਬਣਦਾ ਮੀਆਂ ਬੀਵੀ ਦਾ ਤੇ ਜੇ ਤੂੰ ਅਗਰ ਚਾਹੁੰਦੀ ਹੈ ਨਾ ਕਿ ਮੈਂ ਵੀ ਖੁਸ਼ ਰਹਾਂ ਤੇ ਨੌਕੀਆਂ ਵੀ ਖੁਸ਼ ਰਹੇ ਤੇ ਮੇਰਾ ਪੁੱਤਰ ਮੇਰੇ ਹੱਥਾਂ ਨੂੰ ਵੇਖ ਤੇ ਨਿਕਾਹ ਕਰ ਲੈ ਮੇਰਾ ਪੁੱਤਰ ਨਿਕਾਹ ਕਰ ਲੈ ਨਹੀਂ ਤਾਂ ਤੇਰਾ ਬਣਿਆ ਰੋਲ ਕੇ ਮਰ ਜਾਸੇ ਉਹਦੀ ਚਾਚੀਆਂ ਉਹਨੂੰ ਸੁੱਖ ਨਾਲ ਉੱਥੇ ਕੋਈ ਨੂੰ ਜੀਵਨ ਦੇਵਣਾ ਉਹ ਉਹ ਆਪਣੇ ਪੁੱਤ ਕੋਲ ਬਵੇ ਜਾਂ ਮਜ਼ਦੂਰੀ ਕਰਕੇ ਲੈ ਆਵੇ ਅੱਛਾ ਠੀਕ ਹੈ ਅੱਬੂ ਅਗਰ ਤੁਸੀਂ ਇਸ ਗੱਲ ਤੇ ਰਾਜ਼ੀ ਹੋ ਨਾ ਤੁਹਾਡਾ ਜੋ ਫੈਸਲਾ ਮੈਨੂੰ ਮਨਜ਼ੂਰ ਹੈ ਲੇਕਿਨ ਇਹ ਸੱਚ ਹੀ ਅੱਬੂ ਪਤਾ ਨਹੀਂ ਮੈਨੂੰ ਬੜਾ ਅਜੀਬ ਲੱਗਦਾ ਪਿਆ ਕੋਈ ਅਜੀਬ ਕੀ ਸਿਚੁਏਸ਼ਨ ਕਿ ਅਸੀਂ ਕੀ ਕੀਤਾ ਪਹਿਲੇ ਇੱਕ ਦੇ ਛੱਡੀ ਮੁੜ ਦੂਈ ਦੇ ਛੱਡੀ ਔਰ ਜਿਹੜਾ ਇਹਨਾਂ ਦੇ ਘਰ ਦਾ ਮਾਹੌਲ ਹੈ ਅੱਬੂ ਤੈਨੂੰ ਪਤਾ ਮੇਰਾ ਉਹਨਾਂ ਦੇ ਨਾਲ ਇੱਕ ਮਿੰਟ ਕੋਈ ਨਹੀਂ ਗੁਜ਼ਾਰਾ ਹੋਣਾ ਇੱਕ ਮਿੰਟ ਵੀ ਨਾ ਪਵੇ ਨਾ ਤਾਂ ਉਹਨਾਂ ਕੋ ਰੋਟੀ ਪਕਾਉਣ ਵਾਲੇ ਉਸੇ ਉਸ ਦਾ ਲਾਮੇ ਵੀ ਹੋ ਜਾਸੀ ਤੁਸੀਂ ਆਪਣਾ ਘਰ ਟੁੱਕੋਲ ਪਾਣੀ ਲਾਮੇ ਪਕਾ ਲਵੇ ਕੋ ਜ਼ਰੂਰ ਤਾਂ ਨਹੀਂ ਤੁਸੀਂ ਇਕੱਠਿਆਂ ਰਹਿਣਾ ਇੱਕ ਗੱਲ ਤੇ ਆਏ ਅੱਬਾ ਹਾਂ ਤੁਹਾਡੀ ਗੱਲਾਂ ਚੋਂ ਇੱਕ ਗੱਲ ਮੇਰੇ ਵੀ ਜ਼ਿਹਨ ਵਿੱਚ ਆਈ ਹੈ ਗੱਲ ਤੁਸੀਂ ਸਹੀ ਕਰਨ ਦੇ ਪਿਆ ਅੱਜ ਟੁੱਕਰ ਪਿੱਛੇ ਧੱਕੇ ਖਾਂਦੇ ਵਦਨ ਖਾਂਦੇ ਵਦਨ ਔਖੇ ਹੋਏ ਵਦਨ ਅੱਜ ਤਾਂ ਬਿਰਾ ਬਿਰਾ ਹੱਥੀ ਪਾਏ ਗਏ ਨੇ ਦੇ ਮੋੜ ਇਸੇ ਵਾਸਤੇ ਮੈਂ ਉਹਦੇ ਪਕਾਵਣ ਵਾਲੀ ਕਹਿ ਨਹੀਂ ਉਹਨਾਂ ਦੇ ਘਰ ਬੈਠੀਆਂ ਹੋਈਆਂ ਉਹ ਆਈ ਸੌਖੇ ਤੇ ਇਹ ਆਪਣੇ ਪੁੱਤ ਨੂੰ ਲੈ ਕੇ ਛੱਬੀ ਲੈ ਕੇ ਕਿਹੜੇ ਕਿਹੜੇ ਬੂਹੇ ਤੇ ਜਾਵੇ ਮੁੜੇ ਇੰਜ ਕਰ ਲੈ ਵੇ ਕਹ ਹਾਂ ਇਥਾਂ ਹੀ ਆ ਜਾਵੇ ਸਾਡੇ ਕੋਲ ਤੇ ਮੈਂ ਨਿਕਾਹ ਕਰੇਨੀ ਆ ਮੇਰਾ ਪੁੱਤ ਉਸ ਕਦੇ ਵੀ ਨਹੀਂ ਇਹ ਕਰਨਾ ਕਿਉਂਕਿ ਇੱਥੇ ਮਿਲਾ ਕੋਈ ਨੂੰ ਜੀਵਨ ਦੇਵਣਾ ਸਹੁਰੇ ਬੂਹੇ ਜਵਾਈ ਉਹ ਵੀ ਨਾਈ ਦਾ ਨਾਈ ਕਿਉਂ ਗੱਲਾਂ ਕਰੇਨੀ ਮੇਰਾ ਪੁੱਤ ਉਹ ਉਸ ਆਈ ਤੀਕਰ ਕਦੀ ਕਿਸੇ ਦੀ ਸੁਣੀ ਨਹੀਂ ਚੁੱਪ ਕਰਕੇ ਸਬਰ ਨਾ ਲਗਾ ਵੱਤਿਆ ਭਾਵੇਂ ਉਹਦੀ ਘਰ ਦੀ ਮਰ ਵੀ ਗਈ ਹੈ ਉਸ ਆਪਣੇ ਹੱਥਾਂ ਨਾਲ ਔਖਾ ਹੋਇਆ ਸੌਖਾ ਹੋਇਆ ਉਸ ਆਪਣੇ ਪੁੱਤ ਨੂੰ ਇੰਨਾ ਕਰ ਆਉਂਦਾ ਤੇ ਜੇ ਹੁਣ ਤੈਨੇ ਤੁੱਕੇ ਮਾਰੇ ਨਾ ਤਾਂ ਮੇਰਾ ਪੁੱਤ ਨਾ ਮੈਥੋਂ ਬਰਦਾਸ਼ਤ ਹੁੰਦੇ ਨਾ ਉਸ ਤੋਂ ਆਉਂਦੇ ਤੇ ਤੈਥੋਂ ਵੀ ਨਹੀਂ ਆਉਣੇ
ਮੈਂ ਤਾਂ ਕਦੀ ਨਾ ਬਰਦਾਸ਼ਤ ਕਰਾਂ ਮੇਰੇ ਬਣੇ ਨੂੰ ਕੋਈ ਕੋਈ ਜਾ ਕੇ, ਮੈਂ ਤਾਂ ਉੱਠ ਕੇ ਇਹਨਾਂ ਦੀ ਜਾ ਕੇ ਤੇ ਨਾਸਾਂ ਰੰਗ ਦੇਵਾਂ ਮੇਰੇ ਬਣੇ ਤੇ ਹੱਥ ਚਾਵੇਂ। ਸ਼ਾਬਾ ਮੇਰੀ ਇਹਨਾਂ ਨੂੰ ਮੈਂ ਮੋੜ ਨਾ ਧੱਕ ਸੱਟਾਂ ਵੇ ਮੇਰੇ ਬਣੇ ਦੇ ਉੱਤੇ ਹੱਥ ਚਾਵੇਂ। ਮੇਰਾ ਮਾਣ ਰੱਖ ਲਈ ਮੇਰਾ ਪੁੱਤ। ਠੀਕ ਹੈ ਅੱਬੂ ਤੁਸੀਂ ਉਸ ਨਾਲ ਗੱਲ ਕਰ ਵੇਖੋ, ਲੇਕਿਨ ਇਹ ਵਿਖਿਆ ਹੈ ਬਗਰ ਉਹ ਰਾਜ਼ੀ ਹੋਵੇ ਤਾਂ ਜ਼ਬਰਦਸਤੀ ਦੇ ਰਿਸ਼ਤੇ ਦਿੰਗਾਚੇ ਦੇ ਨਹੀਂ ਰਾਂਦੇ ਅੱਬੂ। ਮੈਂ ਉਹਨੂੰ ਰਾਜ਼ੀ ਕਰ ਲਈ ਸਾਂ, ਜੇ ਸੋ ਕਦੋਂ ਮੈਂ ਸਮਝਾਇਆ ਨਾ ਉਹ ਸਕਣਾ ਚਾਚਾ ਠੀਕ ਹੈ ਜਿਵੇਂ ਤੂੰ ਆਂਦਾ। ਠੀਕ ਹੈ ਮੈਨੂੰ ਕੋਈ ਇਤਰਾਜ਼, ਮੇਰਾ ਆਪਣਾ ਬਣਿਆ ਮੇਰਾ ਆਪਣਾ ਪੋਤਰ ਹੈ, ਉਸ ਨੂੰ ਮੈਂ ਆਪਣੇ ਘਰ ਦੇ ਵਿੱਚ ਸੰਭਾਲ ਕੇ ਰੱਖਸਾਂ, ਮੈਨੂੰ ਕੀ ਤਕਲੀਫ ਹੈ। ਹੁਣ ਉਹ ਨਿਕਲਿਆ ਖੱਜੀ ਆ, ਮੈਂ ਉਹਦੇ ਮਗਰੇ ਜਾਂਦਾ, ਤੂੰ ਬਾ ਪੁੱਤ ਮੈਂ ਹੁਣੇ ਆਇਆ। ਪਤਾ ਨਹੀਂ ਉਹ ਕੀ ਮੇਰੇ ਬਾਰੇ ਸੋਚਿਆ ਸੀ ਕਿ ਜੋ ਅੱਜ ਮੈਂ ਨਾਂ ਲਿਆ ਤੇ ਇਹਦਾ ਦਿਲ ਬਣ ਪਿਆ। ਪਤਾ ਨਹੀਂ ਉਹਦੇ ਜ਼ਿਹਨ ਚ ਇਹ ਨਾ ਜਾਵੇ ਕਿ ਮੇਰਾ ਦਿਲ ਲੈ ਨਿਕਾਹ ਵਾਸਤੇ। ਮੈਂ ਤਾਂ ਕਦੀ ਉਹਨਾਂ ਨੂੰ ਉਸ ਨਜ਼ਰ ਨਾਲ ਹੀ ਨਹੀਂ ਦਿੱਤਾ, ਹਮੇਸ਼ਾ ਬਾਜੀ ਦਾ ਮੀਆਂ ਸਮਝਿਆ ਔਰ ਉਹਨਾਂ ਨੂੰ ਆਪਣੇ ਇੱਜ਼ਤ ਕੀਤੀ ਤੇ ਇਤਰਾਮ ਨਾਲ ਉਸ ਨਾਲ ਬੋਲਦੀ ਆ। ਚਲੋ ਜੇ ਮੰਨ ਗਿਆ ਤਾਂ ਮੇਰਾ ਬਣਿਆ ਤਾਂ ਕਮ ਸੇ ਕਮ ਸੁੱਖੀ ਆਉਂਦਾ ਨਾ, ਮੇਰੀ ਜਾਨ ਹੀ ਕੁਰਬਾਨ ਹੈ ਆਪਣੇ ਪਿਓ ਤੇ ਬਣੇ ਤੋਂ। ਖੈਰ ਹਰ ਵਾਰੀ ਕੁਰਬਾਨੀ ਡੰਗਰਾਂ ਦੀ ਨਹੀਂ, ਕਦੀ ਦੀਆਂ ਭੈਣਾਂ ਦੀ ਵੀ ਕੁਰਬਾਨੀ ਦੇ ਪਜਾਂਦੀ ਹੈ। ਇੰਨੇ ਸਮਝ ਸਾਂ ਕਿ ਮੈਂ ਤਾਂ ਬਣੇ ਤੋਂ ਕੁਰਬਾਨ ਹੋ ਗਈ ਹਾਂ ਤੇ ਪਿਓ ਤੋਂ ਕੁਰਬਾਨ ਹੋ ਗਈ ਹਾਂ। ਅੱਜ ਕਹਿੰਦਾ ਪੁੱਤਰ ਮੈਂ ਉਹਦੇ ਜਾਊ ਆਮ ਤੇਰੇ ਹਾਲ ਮੇਰਾ ਪੁੱਤਰ ਮੈਂ ਖਾਏ ਹੋਏ ਸੋਧ ਖਜੀਆਂ ਲੱਗੀਆਂ ਕੋਈ ਨਾ ਖੜੀ ਮੈਂ ਗੱਲ ਕਰੂੰਗਾ ਮੇਰਾ ਪੁੱਤਰ ਜੀ ਕਰਾਂ ਮੈਂ ਗੱਲਾਂ ਕੋਈ ਮੈਨੂੰ ਦੇ ਦੱਸੀਆਂ ਮੈਂ ਕੋਈ ਲੜਾਈ ਬਿੜਾਈ ਗਾ ਰਹੇ ਚੋ ਤੇ ਸ਼ਿਕਾਰ ਬੰਡੀ ਬਹੁ ਪਿਆ ਹੋਇਆ ਤੇ ਚੋਹਾ ਨੂੰ ਝਿੜਕੀ ਰੱਖਦੀਆਂ ਹਰ ਵੇਲੇ ਤੇ ਗੱਲ ਇਹ ਮੇਰਾ ਪੁੱਤਰ ਜੀ ਆ ਬਸ ਮੋਰ ਮਾਂ ਜੋ ਇਹਨੇ ਖਾਏ ਨਾ ਤੇ ਮੋਰ ਗੁੰਨਣ ਪਕਾਉਣ ਵਾਲਾ ਵੀ ਕੋਈ ਨਾ ਹੋਇਆ ਕਿਉਂ ਅੱਲਾ ਮਾਫੀ ਦੇਵੇ ਸਾਡੇ ਹੁੰਦੇ ਆ ਅੱਲਾ ਮਾਫੀ ਦੇ ਉਸ ਮਾਂ ਕਿਉਂ ਨਹੀਂ ਮਾਸੀਆਂ ਵੀ ਮਾਵਾਂ ਹੁੰਦੀਆਂ ਹਨ ਪਰ ਉਹ ਮਾਂ ਨਹੀਂ ਜਿਹੜੀ 24 ਘੰਟੇ ਕੋਲ ਰਵੇ ਤੇ ਉਹਨੂੰ ਡਰ ਵੀ ਨਾ ਹੋਵੇ ਰਿਸ਼ਤੇ ਦਾ ਕਿ ਮੈਂ ਇਸ ਅਯੋ ਤਾਂ ਪੈਦਾਂ ਕੱਲ ਬੰਦੇ ਗੱਲਾਂ ਤੁਹਾਨੂੰ ਕਰ ਸੀ ਜਿਸ ਤੋਂ ਇੱਦੇ ਮੈਂ ਡਕ ਤੇ ਮੈਂ ਉਹ ਗੱਲਾਂ ਮੇਰਾ ਪੁੱਤ ਮੈਂ ਮੁਕਾਵੇਂ ਦੇ ਵਾਸਤੇ ਆਇਆ ਕਿ ਮੈਂ ਆਪਣੀ ਦੇਹ ਦਾ ਰਿਸ਼ਤਾ ਤੈਨੂੰ ਦੇਣਾ ਤੇ ਮੇਰਾ ਪੁੱਤ ਇੰਜ ਮੇਰੀ ਗੱਲ ਸੁਣ ਇੱਕ ਤਾਂ ਨੋਕੀਆ ਉਹਦੇ ਲਾਲਚ ਲੱਗਾ ਰਸੀ ਗਿਆ ਤੇ ਇੱਕ ਤੁਹਾਡੇ ਰੋਟੀ ਪਕਾਉਣ ਦਾ ਇਤਰਾ ਦਾ ਬਿਰਾਵਾਂ ਨੂੰ ਰਸੀ ਕਿਉਂਕਿ ਬਿਰਾ ਤੁਸੀਂ ਹਰ ਵੇਲੇ ਲੜਦੇ ਰਹਿੰਦੇ ਹੋ ਨਹੀਂ ਉਹ ਹਾਲੀਆ ਪਤਾ ਨਹੀਂ ਕੀ ਮੇਰੇ ਬਾਰੇ ਸੋਚਦੀ ਹੈ ਕਿਵੇਂ ਕਰੀ ਕਿਉਂ ਮੇਰਾ ਪੁੱਤ ਤੇ ਮੈਂ ਨਹੀਂ ਗੱਲ ਕਰਦਾ ਪਿਆ ਰਿਸ਼ਤਾ ਕਿਵੇਂ ਦੱਸ ਤੁਸੀਂ ਮਾਨ ਪੁੱਤ ਮੈਂ ਤਾਂ ਇਹਨੇ ਉਸ ਨਜ਼ਰੀਏ ਨਾਲ ਵੇਖਿਆ ਹੀ ਨਹੀਂ ਤੁਸੀਂ ਬਿਲਕੁਲ ਨਹੀਂ ਵੇਖਿਆ ਲੇਕਿਨ ਮੇਰੇ ਦਿਲ ਲਈ ਤਾਂ ਖਾਹਿਸ਼ ਆ ਨਾ ਕਿ ਮੇਰੀ ਧੀ ਉਹ ਮਰ ਗਈ ਹੈ ਉਹਦੀ ਜਗ੍ਹਾ ਤੇ ਹੋਰ ਕਾਈ ਨਾ ਆਵੇ ਪਤਾ ਨਹੀਂ ਮੇਰੇ ਦੋਸਤ ਨਾਲ ਉਹ ਕੀ ਕਰੇ ਸੀ ਗਈ ਕਿਉਂਕਿ ਉਸ ਜਗ੍ਹਾ ਤੇ ਬਜ਼ੁਰਗੋ ਮੈਂ ਇਸ ਗੱਲ ਨੂੰ ਮੈਂ ਘਰ ਬਿਰਾਵਾਂ ਨਾਲ ਮਸ਼ਵਰਾ ਵੀ ਕਰ ਲੈਂਦਾ ਤੇ ਸੋਚ ਲੈਂਦਾ ਜੇਕਰ ਮੇਰਾ ਪੁੱਤਰ ਜੇਕਰ ਸੋਚਣ ਦੀ ਗੱਲ ਰੱਖਣੀ ਆਈ ਨਾ ਤੇ ਇਹਨਾਂ ਮੇਰੇ ਬੱਦੇ ਹੱਥਾਂ ਨੂੰ ਵੇਖ ਜੇਕਰ ਮੈਂ ਤੈਨੂੰ ਆਖ ਬੈਠਾ ਨਾ ਕਿਉਂਕਿ ਮੈਂ ਤੂੰ ਅੱਛਾ ਜਿਵੇਂ ਤੂੰ ਸਾਖਿਆ ਉਂਝ ਕਰ ਲਿਸਾਂ ਹੱਥ ਕਾ ਨਹੀਂ ਬੰਨਣ ਦੀ ਲੋੜ ਮੈਂ ਤੂੰ ਮੇਰਾ ਪੁੱਤਰ ਉਸ ਲੋਕੇ ਤਕਲੀਫ ਨਹੀਂ ਮੈਂ ਤੂੰ ਬਰਦਾਸ਼ਤ ਹੁੰਦੀ ਅੱਛਾ ਮੈਂ ਕਰ ਲੈਂਦਾ ਨਾ ਪਰੇਸ਼ਾਨ ਹੋ ਠੀਕ ਹੈ ਜਿਵੇਂ ਤੂੰ ਸਾਖ ਉਂਝ ਕਰ ਲਿਸਾਂ ਠੀਕ ਹੈ ਮੇਰਾ ਪੁੱਤਰ ਬੇਫਿਕਰ ਹੋ ਜਾਓ ਜੀ ਮੈਂ ਉਂਝ ਕਰ ਲਿਸਾਂ ਠੀਕ ਸੋਚੀ ਜ਼ਰੂਰ ਮੇਰਾ ਪੁੱਤਰ ਸੋਚਣ ਨੂੰ ਲੋੜ ਕਾ ਨਹੀਂ ਮੈਂ ਘਰ ਜਾ ਕੇ ਬਸ ਮਸ਼ਵਰਾ ਕਰਨਾ ਬਿਰਾਵਾਂ ਦੱਸ ਲੈਂਦਾ ਅੱਛਾ ਠੀਕ ਕਲਰ ਵੇਖਿਆ ਜਾਵੇ ਤੇ ਸਹੀ ਵੀ ਤਾਂ ਹੈ ਕਿੱਦਾਂ ਤਿਕਰ ਮੈਂ ਕਿਵੇਂ ਕਰ ਸਾਂ ਨੋਕੇ ਦੀ ਮੈਂ ਬਾਹਰ ਯਤ ਕਮਾਉਣਾ ਤੇ ਜਾਂ ਘਰੋਂ ਗੋਨ ਪਕਾ ਕੇ ਦੇਣਾ ਮੇਰਾ ਐਨ ਪਰਜਾਈਆਂ ਉਹ ਤਜ਼ੀਮ ਵਾਲੇ ਚਾਉਣ ਪਿਆਰ ਕੋਈ ਨਹੀਂ ਚਲੋ ਮਾਸੀ ਤੇ ਸੁਨਾਲੇ ਨਾਲ ਜੋੜ ਪਿਆਰ ਵੀ ਆਪਸ ਹੀ ਪਾਉਂ ਨਾਲੇ ਪਿਛਲੇ ਜ਼ਿੰਦਗੀ ਦਾ ਜਿਹੜਾ ਹਿੱਸਾ ਹੈ ਪਿਛਲੇ ਪਾਰੇ ਦਾ ਮੈਨੂੰ ਕੋਈ ਸਾਥੀ ਲੱਭ ਗਿਆ ਸੀ
ਬਿਰਾਵਾਂ ਨਾਲ ਗੱਲ ਇੱਕ ਪਾਸ ਲੈਣਾ। ਮੋਠਾ ਬਣਾ ਛੱਡੇ ਮੈਂ ਤੈਨੂੰ ਮਿੱਟੀ ਚਾਹ ਦੇਣਾ ਹੈ ਤਾਂ ਮਸਲ ਦੋ ਤਿੰਨ ਸਟਾਣੀਆਂ ਨੂੰ ਰੇੜੀਆਂ ਉਸੇ ਮਿੱਟੀ ਚ ਨਾ ਗਾਜਣੀ ਮਿੱਟੀ ਹੋਣੀ ਗਾਜਣੀ ਉਹਨਾਂ ਚੋ ਮੁੱਠੇ ਬਣਾ ਕੇ ਨਾ ਚੰਗੀ ਤਰ੍ਹਾਂ ਤੰਦੂਰੀ ਰੋਟੀ ਛੱਡੀ ਬਿੱਲ ਤੋਂ ਤਾਰਨਾ ਗੱਲ ਖਤਮ ਹੁਣ ਪਿਛਲੇ ਮਹੀਨੇ ਦਾ ਵੀ ਤੁਹਾਡੇ ਕੋਲ ਲਿਆ ਜਾਂ ਮੇਰੇ ਕੋਲ ਸਾਨੂੰ ਨਿਆ ਨਿਕਲਿਆ ਸਕਦਾ ਹਕੂਮਤ ਉਤਾਰ ਨਹੀਂ ਕਰਦੀ ਹਕੂਮਤ ਨਹੀਂ ਕਰਦੀ ਆਪਣੇ ਹਿੱਸੇ ਭਰੋ ਦੋ ਮੈਂ ਆਪਣੇ ਹਿੱਸੇ ਦੱਸਾਂ ਕਿਹੜੇ ਅੱਗੇ ਅਸੀਂ ਭਰਦੇ ਆਏ ਆ ਨਾ ਕਿੰਨੇ ਦੇ ਰਿਹਾ ਉਹਦੇ ਉਹਦੇ ਮੈਂ ਤਰਾਏ ਦੇਉਂਗਾ ਹੈਂ ਤਰਾਏ ਦੇ ਕੀ ਹਾਸਲ ਕਰਕੇ ਆਏ ਮੇਰੀ ਅਪਰੋਚ ਮੈਂ ਗਰੀਬ ਬੰਦਾ ਮੇਰਾ ਕਿਹੜਾ ਤਿੰਨਾਂ ਦਿਨਾਂ ਬਾਅਦ ਆ ਗਿਆ ਚਲੋ ਮੀਟਰ ਜੇ ਵੇਖ ਕੇ ਨਾ ਸ਼ੁਰੂ ਹੋਈ ਰਾਨੀ ਤੂੰ ਤਾਂ ਮੇਰੇ ਹਿੱਸੇ ਚਲੋ ਠੀਕ ਹੈ 22,000 ਬਿੱਲ ਹੈ ਨਾ ਸਾਡਾ ਤਾਂ ਕਾਰੋਬਾਰ ਹੀ ਕੋਈ ਨੀ ਅਜੇ ਹੁਣ ਸਾਰਾ ਯਾਰ ਤੂੰ ਜੋ ਮਾੜਾ ਬੰਦਾ ਕੰਮ ਤੇ ਵੀ ਨੂੰ ਜਾਂਦਾ ਕੱਪੜੇ ਚੋਬੇ ਕਮਰੇ ਚਲਦੇ ਮੇਰੇ ਚ ਪੱਖਾ ਹੀ ਕੋਈ ਨੀ ਅਸੀਂ ਦੋਵੇਂ ਪਿਓ ਪੁੱਤਰ ਬਾਹਰ ਸਮਝਦੇ ਆ ਇੱਕ ਗੱਲ ਬਲਾ ਵੀ ਨਾਂਦੇ ਕਮਰੇ ਚੋ ਮੈਂ ਕਿਸੇ ਟਾਈਮ ਜੇ ਲਾਈਟ ਚਾਰਜਿੰਗ ਵਾਲੀ ਘਰ ਬਾਲਣੀ ਕਮਰੇ ਚ ਬਾਲਾਂ ਠੀਕ ਹੈ ਉਸ ਵਿੱਚ ਜੋ ਹੈ ਟੀਵੀ ਨਾਂਦੇ ਕਮਰੇ ਚੱਲਦਾ ਹੈ ਪ੍ਰੇਮੀ ਕਰਨ ਵਾਲੀ
ਮੇਰੀ ਭੈਣ ਨੂੰ ਆਖਾ ਬਲਾ ਨਹੀਂ ਨਹੀਂ ਤੇਰੀ ਭੈਣ ਹੈ ਬੋਲਦੀ ਬੜਾ ਮੈਨੂੰ ਉਸ ਦੱਸਿਆ ਵੀ ਉਹਨਾਂ ਦਾ ਬੇਲ ਦਾ ਰੋਲਾ ਹੈ ਨਾ ਤੇਰਾ ਉੱਤਰ ਤਾਈ ਚੁੱਕਾ ਕੋਈ ਨਹੀਂ ਛੱਡਣਾ ਤੂੰ ਆ ਇਹਨਾਂ ਦੇ ਨੱਕ ਤੇ ਮਾਰ ਤੇ ਨਹੀਂ ਨਹੀਂ ਮੈਂ ਤੇ ਚੁੱਕਾ ਲੈਣਾ ਨਹੀਂ ਮੈਂ ਤੇ ਬੜਾ ਫਰੋਖ ਨਹੀਂ ਦਾ ਪਿਆ ਬੜਾ ਫਰੋਖ ਕੋਈ ਨਹੀਂ ਮਾਸ ਕਰ ਮੈਂ ਆਪਣਾ ਆਸ ਦਾ ਇਸਰੇ ਦੇ ਲੈ ਸੈਨਾ ਤੂੰ ਤੇ ਚੰਗੀ ਹੈ ਨਾ ਅਸੀਂ ਤੇ ਚਗਲਾਵਾ ਚਗਲਾ ਤੇ ਕਰੀ ਆ ਰਹੇ ਤੂੰ ਰਾਂ ਨਾ ਤੂੰ ਆਪਣਾ ਘਾਟ ਟੈਕ ਕੇ ਬਿਆ ਓ ਹੈਲੋ ਕਰ ਕੇ ਬੈਜੀ ਸਾਨੂੰ ਚਗਲਾ ਦੱਸੇ ਤੇ ਤੂੰ ਰਾਂ ਕਰ ਕੇ ਮਾਰਾ ਖਸਮ ਨੂੰ ਲਾ ਕੇ ਬਾਵੇਂ ਅੱਜ ਲੂਰ ਲੂਰ ਨਾ ਫੇਰਿਆ ਓ ਸਾਨ ਮਿਲਣ ਅੰਦੀ ਅੱਲਾ ਦਾ ਸ਼ੁਕਰ ਹੈ ਸੁਣ ਮੈਂ ਨਾ ਸਿਰਫ ਇਨਾਂ ਦੇ ਮੂੰਹ ਨੂੰ ਬਗੈਰਾ ਤਾਂ ਸੁਣ ਨਹੀਂ ਤਾਂ ਮੈਂ ਤੁਹਾਡੀ ਆਈ ਨਾ ਸਭ ਬਣਨੀਆਂ ਨਾ ਸਾਰਿਆਂ ਦੀਆਂ ਆਪਣੀਆਂ ਨਾ ਬਣਾ ਤੂੰ ਕੀ ਕਰੇ ਨਾ ਤੂੰ ਮੈਂ ਸਦਾ ਕਰਾਵੇ ਆ ਬਾਲੇ ਆ ਚੁੱਪ ਕਰ ਏ ਭਿਰਾ ਮੇਰੇ ਭਿਰਾ ਕੇ ਨਹੀਂ ਚੁੱਪ ਕਰ ਤੁਹਾਡੇ ਰੰਗੇ ਸਾਲਿਆਂ ਤੇ ਵੀ ਲਾਨਾ ਤੇ ਇੱਕ ਹੋਰ ਫਿੱਟ ਆ ਭਾਈ ਆ ਗੱਲ ਸੁਣ ਪਹਿਲੇ ਦੇ ਪਤਾ ਹੁੰਦਾ ਨਾ ਤੇ ਗੰਦੀ ਨਸਾਲਾ ਤੁਹਾਨੂੰ ਸੁਨੇੜੇ ਲੱਗ ਚੁੱਪ ਕਰ ਚੁੱਪ ਕਰ ਬਣੀ ਚੁੱਪ ਕਰ ਬਣੀ ਨਾ ਜਾ ਲਾਈਕ ਜਾਨੀ ਇਨਸ਼ਾ ਤੂੰ ਲੰਤੀ ਨੂੰ ਸਾਖਣਾ ਓ ਕੋ ਇੱਕ ਬੋਲਿਆ ਕਰੋ ਹਾਲ ਹਾਲ ਗੱਤੀ ਹੋਈ ਹੁੰਦੀ ਨੇ ਆ ਮੇਰੀ ਗੱਲ ਸੁਣ ਚੁੱਪ ਕਰੋ ਸਾਰੇ ਇਸ ਕੁੱਤੇ ਨੇ ਪਰ ਕੱਟ ਪੈ ਆ ਭਾਈ ਪਹਿਲਾਂ ਮੇਰੀ ਗੱਲ ਸੁਣ ਆਓ ਕੁੱਤਾ ਨਾ ਸਾਧੋ ਬੋਲ ਆ ਜਿਹੜੀ ਦਿੱਤੀ ਐ ਲਾ ਨੂੰ ਭੈਣਾਂ ਨੂੰ ਪਿੱਛਾ ਕਰ ਰਹੇ ਤੂੰ ਨਾ ਨੋਗਾ ਕਰ ਲੋ ਗੱਲ ਸੁਣ ਮੇਰੀ ਤੇ ਅਗਾ ਹੀ ਐ ਆ ਭਾਈਆ ਬੋਲੀ ਨਾ ਕਰ ਤੂੰ ਭੈਣ ਨੂੰ ਆ ਤਾਂ ਬੁਲਾਈ ਪਿੱਛਾ ਰਹਿ ਪਿੱਛਾ ਰਹਿ ਪਿੱਛਾ ਰਹਿ ਅੱਗੇ ਤੁਹਾਡੀ ਇੱਜ਼ਤ ਆਈ ਹੁਣ ਉਹ ਮੇਰੀ ਇੱਜ਼ਤ ਹੈ ਤੇਰੀ ਆਪਣੀ ਘਰ ਦੀ ਇੱਜ਼ਤ ਕਾਈ ਘਰ ਦੀ ਇੱਜ਼ਤ ਕਾਈ ਨਹੀਂ ਆਇਆ ਮੈਂ ਸ਼ੇਰ ਮੈਂ ਤਾਂ ਇਹ ਤੁਹਾਨੂੰ ਦੱਸਣਾ ਆ ਮੋ ਹਾਂ ਪਰ ਜਿਹੜੀ ਆ ਤੁਹਾਨੂੰ ਨਾ ਮਾਣ ਸੱਤ ਸਵਾਣੀਆਂ ਤੈਂ ਤੈਂ ਅੱਛਾ ਮੇਰਾ ਨਹੀਂ ਸੋਹਰਾ ਹਾਂ ਉਸ ਮੈਂ ਆਖਿਆ ਵੀ ਮੇਰੀ ਦੂਈ ਦੀ ਦਾ ਰਿਸ਼ਤਾ ਤੂੰ ਲੈ ਲਾ ਉਹ ਤੇ ਇਸ ਨਾਲ ਚੰਗੀ ਗੱਲ ਹੋਰ ਕਿਹੜੀ ਏ ਚਲੋ ਨਾਈ ਦਾ ਨਾਈ ਸਹੀ ਤੇਰੀ ਵਜ੍ਹਾ ਤੂੰ ਜੁਗੇ ਪੈ ਜਿਹੜੇ ਨੀ ਹੈ ਤੇਰੀ ਵਜ੍ਹਾ ਤਾਂ ਹੁਣ ਜਿਹੜੇ ਦੇ ਕਿਤੇ ਪੈ ਸ਼ੁਕਰ ਬਸਤੇ ਪੈ ਬਸਤੇ ਪੈ ਬਸਤੇ ਪੈ ਸਾਡੇ ਕੋਲ ਤਾਂ ਦੂਰ ਹੁੰਦਾ ਪਿਆ ਹੁਣ ਦੂਰ ਕਿਹੜੀ ਗੱਲ ਮੇਰਾ ਘਰ ਹੈ ਮੇਰਾ ਹਿੱਸਾ ਮੈਂ ਕਿਉਂ ਦੂਰ ਰਹਾ ਤੈਨੂੰ ਰੱਖੀ ਤੂੰ ਕਿਉਂ ਤੇ ਰੱਖਾ ਮੈਂ ਤੇ ਖਾਈ ਨੂੰ ਢੀਣਾ ਹੈ ਹਿੱਸਾ ਤੇ ਇੰਦੀ ਜੁਰਤ ਨਾ ਦੇਣ ਵਾਲੀ ਮੇਰੇ ਕੋਲ ਮੇਰਾ ਤਾਂ ਪਿੱਛੋਂ ਕੋਈ ਨਾਂ ਲੈਣ ਵਾਲਾ ਵੀ ਹੈ ਉਹ ਇੰਜੇ ਵਧਿਓ ਕਦਰ ਕਰ ਲੋ ਥੋੜੀ ਨਾ ਸਾਲ ਚਲੋ ਬਾਰਿਸ਼ ਤਾਲੀ ਹੋਈ ਨੇ ਭੁੱਖੇ ਰੱਖੇ ਹੋਏ ਨੂੰ ਬਾਹਰ ਦਾ ਮਾਸੂਮ ਦਾ ਮੂੰਹ ਵੇਖ ਇਤਨੇ ਸਾਲ ਹੋ ਗਏ ਨੇ ਕਿਹੜੀ ਗੰਦੀ ਹੋਇਆ ਚੂਣ ਬੰਦੇ ਆਣ ਇਹਨਾਂ ਚਾਚੀਆਂ ਨਾਲ ਦਾਚੀਆਂ ਰੱਖ ਲਵੇ ਆ ਪਹਿਲੇ ਚੂਣ ਕਰਕੇ ਬੁਲਾਇਆ ਇੱਥੇ ਵੇੜੇ ਚ ਕਰੋਣਾ ਇਹਨਾਂ ਚਾਹ ਕਰਕੇ ਨਹੀਂ ਖਲਾਉਣਾ ਮਰਦਾਂ ਨੂੰ ਗੱਲ ਕਰਾਂ ਦਾ ਕੋਈ ਇਹਦੇ ਦਨਾਬ ਤੇ ਛੁੱਟੀ ਵਧੀ ਹੈ ਨਾ ਦਨਾਬ ਮਗਰ ਲਾਓ ਹਲਕ ਹੋਇਆ ਵਦਾ ਭਾਲੀ ਨਾ ਗੱਲ ਦਿਖਾਵੇ ਨਾ ਕੀਤੀ ਕਰ ਕਿਉਂ ਮੇਰਾ ਵੀ ਰਾਹ ਹੈ ਤੂੰ
ਸੀਗਾ ਮੀਗਾ ਇਹਨਾਂ ਦੇ ਸੀਗੇ ਨੀ ਮੁੱਕਦੇ ਇੱਕ ਤੱਕ ਜੜੀ ਜੜੀ ਦੇ ਗਿਆ ਤੇ ਵੀ ਲੱਲੀ ਦਾ ਟਬਰ ਭੁੱਖਾ ਰਿਹਾ, ਜਲਦੀ ਜਲਦੀ ਧੁੱਪ ਆਉਂਦੀ ਵੀ ਆ ਤੇ ਚਲੀ ਵੀ ਜਾਂਦੀ। ਮੈਂ ਵੀ ਕੱਪੜੇ ਧੋਣੇ ਸੀ। ਇਹ ਕੌਣ ਹੈ? ਪਤਾ ਹੋਵੇ ਮੇਰੇ ਨਾਲ ਡਰਾਮੇ ਗਿਰੀਆਂ ਨਾ ਕਰ ਤੇ ਮੇਰੇ ਨਾਲ ਮੱਥਾ ਨਾ ਲਾ ਨਹੀਂ ਬਾਬਾ ਇੱਕ ਤੁਹਾਡੀਆਂ ਸਾਰੀਆਂ ਸੋਹਣੀ ਰਕਸਾਂ ਤੇ ਤੁਹਾਨੂੰ ਕੁਝ ਰੋਕਸਾਂ, ਮੈਂ ਉੱਥੋਂ ਵਾਲ ਪਰਸਾਉਂ ਜਿੱਥੋਂ ਬਾਹੋਂ ਪੀੜ ਉਸੇ ਤੇ ਮੇਰੇ ਨਾਲ ਮੱਥਾ ਲਾਉਣ ਤੋਂ ਪਹਿਲਾਂ ਨਾ 10 ਵਾਰੀ ਸੋਚੀ। ਮੇਰੀ ਭੈਣ ਦਾ ਘਰ ਤਾਂ ਮੇਰੀ ਭੈਣ, ਤੂੰ ਅੱਜ ਆਈ ਏ, ਅੱਜ ਆ ਕੇ ਕੇ ਗੱਲ ਹੋਈ ਪੁਰਾਣੀ ਤੇ ਮਹਿਲਾ ਬਣ ਤੁਰੀ ਮਰਾਣੀ, ਖਲੋਂਦੀ ਨਹੀਂ ਪਈ ਤੂੰ ਜਾਈ ਥੋੜਾ ਦੇਖ ਕੇ ਤਿਆਰ ਕਰ, ਦੇਖ ਕੇ ਤੇ ਕੋ ਤੀਨੀਆਂ ਲਾਣੀ ਤੂੰ ਸ਼ੁਰੂ ਚੰਗਾ ਨਹੀਂ ਚੰਗਾ ਨਹੀਂ ਹੁਣ ਤੁਸੀਂ ਆ ਗੱਲ ਸੁਣੇ ਨਾ ਮੇਰੀ, ਆਵੇ ਅੱਖੇ ਪਰਾਈ ਤੇ ਨਿਖੇੜੇ ਭਾਈ ਤੂੰ ਉਹ ਰੁਪਈਆ ਨਹੀਂ ਤੀਲੀ ਲੈ, ਉਹ ਉਹਨਾਂ ਬਿਰਾਵਾਂ ਦੀ ਭੈਣ ਹੈ, ਸਮਝ ਆਈ ਆਈ ਤੀਲੀਆਂ ਲਾਂਦੀ ਆਈ ਹੈ ਤੇ ਜਿਵੇਂ ਤੂੰ ਬਿਰਾਵਾਂ ਤੀਲੀ ਲਾ ਕੇ ਫੋੜ ਕੇ ਆਈ ਹੈ ਇੰਜੇ ਆ ਹਰ ਬੰਦੇ ਨੂੰ ਐਂ ਕੀਤਾ ਨਾ ਸਾਰਾ ਕੁਝ ਨਜ਼ਰ ਆ ਵੈਂਦਾ, ਉਹ ਹੋਇਆ ਜਿਹੜਾ ਹੁੰਦਾ ਹੈ ਹੁਣ ਹੈਗਾ ਉਹ ਹੋ ਲੈ ਤੇ ਮੈਂ ਨਾ ਮੋੜ ਧੱਕ ਸਕਦਾ ਜੇ ਮੇਰੇ ਭਣਿਆ ਨੂੰ ਕਿਸੇ ਅੱਖ ਚਾ ਕੇ ਵੇਖੀ ਤੇ ਪਾਲ ਕੇ ਕੀਤਾ ਓਏ ਅੱਡੀ ਤੂੰ ਪਾਲਣ ਵਾਲੀ ਅੱਲਾ ਦੀ ਜ਼ਾਤ ਐਡੀਆ ਤਾਂ ਆਪਣਾ ਕੱਢ ਲਾ ਆਪਣਾ ਪਾਲ ਲਾ ਅੱਲਾ ਸਾਨੂੰ ਵੀ ਦੇ ਦੇਗਾ ਅੱਲਾ ਸਾਨੂੰ ਵੀ ਦੇ ਦੇਗਾ ਖਲੋਂਦੀ ਨਹੀਂ ਭਾਈ ਕਿਦਾਂ ਹੁਣ ਆ ਤੇ ਆਜ ਸਾ ਕੀ ਮਸਲਾ ਹੈ ਤੈਨੂੰ ਹਾਂ ਤੂੰ ਕਹਿ ਬਿੱਲੋ ਜ਼ੋਰ ਆ ਬਿੱਲੋ ਜ਼ੋਰ ਤੂੰ ਕਹਿ ਕਿ ਤੂੰ ਕੌਣ ਮੈਂ ਖਾ ਮਖਾ ਤੈਨੂੰ ਕੀ ਤੋ ਕੀ ਕਹਿੰਦੀ ਪਈ ਆ ਹੁਣ ਆ ਉਹਦੇ ਨਾਲ ਕਿਉਂ ਰਗੜਨ ਲੱਗ ਗਈ ਹੋ ਤੁਸੀਂ ਆਪਣੀ ਉਹਦੇ ਨਾਲ ਕਿਉਂ ਪਈ ਰਗੜਦੀ ਹੋ ਤੁਹਾਨੂੰ ਕਿਹੜੀ ਨਹੀਂ ਆ ਗੱਲ ਜੋ ਮੈਂ ਦਿਆਂ ਮੇਰਾ ਤੂੰ ਇੱਥੇ ਬਣੇ ਨਾ ਚੜ ਗਈ ਗੱਲ ਜੋ ਮੈਂ ਕੀਤੀ ਹੈ ਮੈਨੂੰ ਵਲਦਾ ਦੇ ਨਾ ਮੈਂ ਤੈਨੂੰ ਵਲਦਾ ਨਾਲ ਵਲਦਾ ਦੇਵਾਂ ਗੱਲ ਨਾ ਰੱਖੇ ਗੱਲ ਕਰਾਉਂ ਤੇ ਵਲ ਨਾਲ ਨੱਕ ਵਟਾਉਂ ਤੇਰਾ ਮੈਂ ਨੱਕ ਗੱਲਾਂ ਨਾਲ ਵੜਸਾਂ ਇਹ ਕਿਵੇਂ ਚਾਂਦੀ ਹੈ ਇਹ ਮਾਂ ਦਾ ਕਿਵੇਂ ਚਾਂਦੀ ਹੈ ਤੂੰ ਫੁੱਫੀ ਲੱਗਣੀ ਹੈ ਤੂੰ ਵੇਚ ਆਉਣੀ ਤੇ ਮੈਂ ਕਿਉਂ ਨਹੀਂ ਆ ਮੈਨੂੰ ਪਿਆ ਦੀ ਸਰਾ ਮੈਂ ਸਾਰਾ ਨਾ ਲਾ ਛੱਡਿਆ ਮੈਂ ਆ ਕੇ ਸਰਫ ਹੈ ਜਰਾ ਥੋੜਾ ਜਿਹਾ ਘਰੇ ਤੁਸਾਂ ਕੱਪੜੇ ਧੋ ਲੈ ਬੱਚੇ ਨਾਲ ਮੈਂ ਧੋ ਲੈ ਲੈ ਫਿਰ ਤੂੰ ਹੁਣ ਸਾਰਾ ਸਰ ਮੈਂ ਘੋਲ ਕੇ ਪੀਂਦੀ ਪਈ ਆ ਤੂੰ ਵਧੀਆ ਮਾਂ ਕੇ ਬਣੇ ਦੇ ਤੇ ਪਰ ਉਹ ਨਾ ਆਈ ਪਿੱਛੋਂ ਮੈਂ ਨਾ ਤੇਰੀ ਜਿਹੜਾ ਤੂੰ ਵਧੀਆ ਮਾਂ ਕੇ ਤੇ ਮੇਰੀ ਨਾ ਤੇਰੇ ਨਾਲ ਆ ਖਲੋਤਾ ਹੀ ਵਕੀਲ ਤੇਰੇ ਨਾਲ ਲੜਸੀ ਏ ਮੈਂ ਬੈਠੀ ਐ ਚੁੱਪ ਕਰਕੇ ਤੇ ਮੇਰੀ ਜੁੱਤੀ ਨਿਕਲਦੀ ਆਈ ਇੱਥੋਂ ਇਹ ਮਾਂ ਨਹੀਂ ਬਰੋ ਕੇ ਵਗ ਜਾ ਸੀ ਤੇ ਤੈਨੂੰ ਆਖੀ ਨਹੀਂ ਕੱਟਣਾ ਚਾਹਨਾ ਪਾਣਾ ਹੁਣ ਮੈਂ ਵੀ ਹਾਂ ਮੈਂ ਤੁਹਾਨੂੰ ਖੁਦਾ ਕੜਸੀ ਤਾਂ ਤੁਸੀਂ ਜਾਸੋ ਉਤਰੀਆਂ ਬਉਤਰੀਆਂ ਅਨਾ ਜਸ ਤੈਨ ਦੇ ਘਰ ਲਾਤ ਰੱਖੀ ਨਾ ਮੇਰੀ ਭੈਣ ਨੂੰ ਹੀ ਖਾ ਗਈਆਂ ਆਪਣੀ ਆਈ ਨਾਲ ਗਈਆਂ ਤੁਸੀਂ ਨਾ ਗਈਆਂ ਤੁਹਾਨੂੰ ਨਾ ਕੁਝ ਹੋਇਆ ਹੁਣ ਬਾਹਰ ਖਾਉਂਗੀ ਤਾਂ ਅਸੀਂ ਵੀ ਮਰ ਜਾਵਾਂਗੇ ਤੂੰ ਲੱਗ ਮੈਂਦੀ ਜਵਾਰ ਐ ਚੋਸ ਲੈ ਗਾ ਉੱਜਣ ਜੇ ਤਾਂ ਮੇਰੀ ਭੈਣ ਨੂੰ ਖਲਈਆ ਤੁਹਾਨੂੰ ਸੱਪ ਲੜ ਗਿਆ ਤੈਨੂੰ ਲੜਦਾ ਹਾਂ ਮੈਨੂੰ ਲੜਦਾ ਮੈਂ ਜੋ ਉਹਨੂੰ ਕੁਝ ਬਗਾੜਿਆ ਸੀ ਜੇ ਮੈਨੂੰ ਲੜਦਾ ਹਨਾ ਮੈਨੂੰ ਲੜਦਾ ਮੈਨੂੰ ਲੜਦਾ ਆਪਣੀ ਆਈ ਨੇ ਗਈ ਹੈ ਜਿਹੜਾ ਮੇਰੇ ਇਹ ਤਾਰਾ ਵੀਰੇ ਮੇਰੇ ਨਾਲ ਨਾ ਕਰ ਛੱਕ ਉਹ
ਤੁਸੀਂ ਤਾਂ ਵੱਖਰੀ ਹੋਵੋ ਉੱਥਾ ਦਕਸਾਉ ਨਾ ਵਕਤੀ ਯਾਦ ਕਰਨ ਦੀ ਆਖ ਆਪਣੇ ਮਰਦ ਨੂੰ ਕਮਾ ਕੇ ਲਾਇਆ ਵੇ ਤਾਂ ਤੈਨੂੰ ਆ ਕੇ ਲਿਆਂਦਾ ਵਾ ਤੇਰੇ ਵਾਲਾ ਵੇਲਾ ਫਿਰਦਾ ਅੱਜ ਆ ਕੇ ਸੱਚਾ ਹੋਣ ਲੱਗ ਗਿਆ ਵਾ ਵੇਲਾ ਫਿਰਦਾ ਪਿਆ ਤੇ ਤੇਰੀਆਂ ਵਾਛਾਂ ਜਿਹੜੇ ਰਾਲੂ ਲਮਕਦੀਆਂ ਨੱਥੀ ਦੇ ਘਿਓ ਦੀਆਂ ਉਹ ਮੇਰਾ ਮਰਦ ਲਾ ਕੇ ਆਉਂਦਾ ਦੋ ਤੇ ਰਿੜਕੇ ਨਹੀਂ ਹੈ ਬਾਈ ਕੇ ਹਨਾ ਉਹ ਮੇਰੇ ਮਰਦ ਦੀ ਕਮਾਈ ਆ ਜਿਹੜਾ ਸਾਲ ਦੇ ਦਾਣੇ ਕੱਛਵੇਂ ਘੱਤੀ ਪਈ ਏ ਉਹ ਮੇਰੇ ਮਰਦ ਦੀ ਕਮਾਈ ਆਈ ਉਹਨੇ ਤਾਂ ਕੀਤੀ ਵੀ ਕੁਝ ਨਹੀਂ ਜਿਹੜੀ ਕਮਾਈ ਉਹਨੇ ਸਾਨੂੰ ਦਿੱਤੀ ਹੈ ਇਹ ਦਾਣੇ ਕਿਦੋਂ ਆਏ ਉਹਨੇ ਕਿਹੜੀ ਸਾਨੂੰ ਉਹ ਦੱਸ ਨਾ ਦਾਣੇ ਕਿਦੋਂ ਆਏ ਉਹਨੇ ਕਿਹੜੀ ਸਾਨੂੰ ਕਮਾਈ ਯਾਦ ਕੋਈ ਨਹੀਂ ਚਾਹ ਕੇ ਹੁਣ ਕਰਨ ਲੱਗ ਗਿਆ ਤੇ ਚੱਲ ਚੱਪ ਘਾਰਾ ਘਟੋਰੀ ਖਾ ਲੈਣੀ ਹੈ ਲੱਗ ਜਾ ਪਰ ਹਾਂ ਕੋਤਾ ਬੋਲ ਲੱਗ ਜਾ ਪਰ ਨੁੱਤਾਂ ਖਲੋਂਦੀਆਂ ਨਹੀਂ ਪਈਆਂ ਹਰ ਬੰਦੇ ਨੂੰ ਇੱਕੋ ਜਿਹਾ ਸਮਝੀ ਖਲੋਤੀਆਂ